ਕਮਾਲ ਆ ਤੇ ਪੱਪੀ ਦੀ ਮੈਨੂੰ ਲੱਗਦਾ ਫਿਕਰ ਦਾ ਪਤਨ ਉੱਠ ਗਿਆ ਟੂਰਨਾਮੈਂਟ ਕਦੇ ਮਾੜਾ ਖੇਡਦੇ ਕਹਿੰਦੇ ਮੰਦਾ ਨੀ ਬੋਲੀਦਾ, ਕਦੇ ਮਾੜਾ ਖੇਡਦੇ ਤਾਂ ਮੰਦਾ ਨੀ ਬੋਲੀਦਾ। ਐਸੋ ਨਾਮੀ ਪਲੇਅਰ ਆਪਣੇ ਦਮ ਦੇ ਮੈਚ ਜਿਤਾਉਣ ਵਾਲਾ ਕਹਿੰਦੇ ਆਊਟ ਹੋ ਗਿਆ, ਆਪਣੇ ਦਮ ਦੇ ਮੈਚ ਜਿਤਾਉਣ ਵਾਲਾ ਪਲੇਅਰ ਕਹਿੰਦੇ ਆਊਟ ਹੋ ਗਿਆ। ਲੈ ਵੀ ਆ ਗਿਆ ਸਾਫਰ ਦਰਸ਼ੀਰੇ ਐਂਡ ਦੋ ਭਾਰਸੋਂ ਦੀ ਧਰਤੀ ਦਾ ਕਿਸੇ ਸਮੇਂ ਅੰਡਰ 19 ਚ ਦੁਨੀਆ ਗੁੱਟੀਆਂ ਚ ਅੰਡਰ 20 ਚ ਕਹਿੰਦੇ ਦੁਨੀਆ ਫੈਨ ਕਰਦਾ ਪੰਜਾਬ ਦੇ ਵੱਖੋ ਵੱਖ ਕੱਪ ਕੀ ਮੋਗਾ ਕੀ ਬਰਨਾਲਾ। ਐਂਡ ਦੋ ਜਦੋਂ ਅੰਡਰ 19-20 ਦੇ ਕੱਪ ਹੁੰਦੇ ਆ ਮੁੰਡਾ ਕਿਤੇ ਬਾਹਰੋਂ ਖੇਡਣ ਜਾਂਦਾ, ਆ ਕਹਿੰਦੇ ਸਾਬਰ ਭਾਰਸੋਂ ਦਾ, ਇਹ ਆ ਸਾਬਰ ਭਾਰਸੋਂ ਦਾ, ਇਹ ਆ ਸਾਬਰ ਕਹਿੰਦੇ ਭਾਰਸੋਂ ਦੀ ਧਰਤੀ ਦਾ। ਲੈ ਵੀ ਗੁਰਮਨ ਦੇ ਖਾਤੇ ਕਹਿੰਦੇ ਵਿਕਟ ਚੁੱਕ ਗਈ ਹੈ। ਇੱਥੇ ਸੀਰੀਜ਼ ਨੂੰ ਕਹਿੰਦੇ ਸਕੂਟਰ ਦੀਆਂ ਗੱਲਾਂ, ਆਹ ਮੈਚ ਹੋਣਗੀਆਂ ਸੀਰੀਜ਼ ਨੂੰ ਸਕੂਟਰ ਦੀਆਂ ਗੱਲਾਂ ਦਾ ਸ਼ੁਰੂ, ਆਹ ਮੈਚ ਹੋਣਗੀਆਂ ਸਾਬਰ ਭਾਰਸੋਂ ਵਾਲਾ। ਇੱਥੇ ਕਹਿੰਦੇ ਰਾਮਗੜ੍ਹ ਦੇ ਕੱਪ ਦੇ ਮੁੰਡੇ ਨੇ ਦੁਨੀਆ ਨਚਾ ਦੀ, ਐਂਡ ਦੋ ਕੋਲਗੜ੍ਹ ਦੀ ਟੀਮ ਦਾ ਪੁੱਤ ਬਣ ਕੇ ਖੇਡਿਆ, ਸ਼ੈਲੀ ਉਹਨਾਂ ਚੀਨ ਉਹਨਾਂ ਦੇ ਨਾਲ ਖੇਡਿਆ, ਮੈਨ ਆਫ ਦੀ ਸੀਰੀਜ਼ ਬਣਿਆ, ਬਾਹਰੋਂ ਖੇਡ ਕੇ ਕੋਲਗੜ੍ਹ ਦੀ ਟੀਮ ਨੂੰ ਨੰਬਰ ਪਹਿਲਾ ਆਹ ਬੰਦੇ ਨੇ ਗਵਾਇਆ, ਆਹ ਬੰਦੇ ਨੇ ਗਵਾਇਆ। ਪਰ ਗੁਰਮਨ ਭਾਂਬਰੀ ਕਹਿੰਦੇ ਸਿਰਿਆ ਸਿਰੇ ਦੀਆਂ ਵਾਲਾਂ, ਸਿਰੇ ਦੀਆਂ ਵਾਲਾਂ ਗੁਰਮਨ ਦਾ ਕਹਿੰਦੇ ਲੱਕ ਚੱਲ ਰਿਹਾ ਮੰਡੀ ਦੇ ਵਿੱਚ, ਕੱਲ੍ਹ ਛੱਕੇ ਪੱਟੇ ਮਾਰੇ ਆ, ਐਨ ਤੋਂ ਅੱਜ ਬਾਲਾਂ ਕਹਿੰਦੇ ਤਕੜੀਆਂ ਵਾਰੇ ਆ, ਬਾਲਾਂ ਦਾ ਸ਼ੀਰੋ ਤਕੜੀਆਂ ਵਾਰੇ ਆ। ਗੁਰਮਨ ਦੀ ਕਹਿੰਦੇ ਅਗਲੀ ਬਾਲ ਹੈ ਸਾਬਰ ਖੱਬਾ ਨਿਕਲਾ ਦਿਲਦਾਰ ਛੱਕਾ ਜੀ, ਰਨ ਕਹਿੰਦੇ ਜੀ ਰਨ ਜਿਹੜੇ 6 ਲੱਗੇ ਆ, ਅੰਬੈਰ ਸਾਹਿਬ ਚੈੱਕ ਕਰ ਲਿਆ ਰਨ ਕਹਿੰਦੇ 6 ਲੱਗੇ ਆ। ਐਨ ਤੋਂ ਫਲੈਟ ਛੱਕ ਜਿੱਥੇ ਸਾਬਰ ਕਹਿੰਦੇ ਲੈ ਕੇ ਛੱਕੇ ਮਾਰੇ ਕਹਿੰਦੇ ਮੰਡੀ ਕੀ ਦੁਕਾਨਾਂ ਡਬਾ ਦੇਣੀਆਂ, ਦੁਕਾਨਾਂ ਵੀ ਡਬਾ ਦੇਣੀਆਂ, ਐਡੇ ਛੱਕੇ ਐਡੇ ਛੱਕੇ ਮਾਰਦਾ ਇਹ ਕਹਿੰਦੇ ਭਾਂਬਰੀ ਦੇ ਗੁਰਮਨ ਦੀ ਪੈਣ ਲੱਗੀ ਆ। ਗੁਰਮਨ ਸੋਹਣੀਆਂ ਕਰ ਰਿਹਾ ਠੀਕ ਆ ਗਿਆ ਵੀ ਚੌਥੀ ਦੇ ਛੱਕਾ ਪਿਆਰ ਤੋਂ ਸਾਬਰ ਦਾ ਕਹਿੰਦੇ ਠਿਕਰੀਵਾਲ ਦੇ ਕੱਪ ਦਾ ਜੇਤੂ ਅਜੇ ਦੂਜੇ ਬੰਨੇ ਖੜਿਆ, ਦੁਨੀਆਂ ਕਹਿੰਦੇ ਮੁੰਡਾ ਅੱਜ ਕੱਲ੍ਹ ਫੈਨ ਕਰਦਾ ਭਾਈਆਂ ਵਰਗਾ ਪਿਆਰ ਹੈ, ਜ਼ਿਲ੍ਹੇ ਬਠਿੰਡੇ ਦੇ ਵਿੱਚ ਕਹਿੰਦੇ ਵੱਡੀ ਕੱਪਾਂ ਦੇ ਖੇਡਦਾ ਕਹਿੰਦੇ ਫੜਿਆ ਗਿਆ, ਕਹਿੰਦੇ ਫੜਿਆ ਗਿਆ ਕਿ ਹਾਏ ਮੇਰੀ ਜਾਨ ਖਿੱਲਰ ਗਈ ਤਕਦੀਰੇ ਬਾਣੀ ਤਕਦੀਰੇ ਬੀਜੀਆਂ ਭਿੰਡੀਆਂ ਉੱਗੀ ਖੀਰੇ ਕਿ ਜਦ ਕਿਸਮਤ ਚੁੱਡੂ ਕੀ ਕਰੇਗਾ ਪੌਣ ਬੇਟਾ ਦਾ ਦੁੱਧੂ ਕਿਸਮਤ ਹੋਵੇ ਚੁੱਡੂ। ਨਾਲ ਕਹਿੰਦੇ ਆਉਣ ਵਾਲੇ ਸਮੇਂ ਦਾ ਕਹਿੰਦੇ ਨਾਮੀ ਪਲਾਰਾ ਹੋਵੇਗਾ ਬਾਬਾ ਮੇਰ ਕਰੇ ਰਵੀ ਭਾਰਸੋਂ ਵੀ ਕਹਿੰਦੇ ਕਮੈਂਟਰੀ ਸੋਹਣੀ ਕਰਦਾ ਨਾਲ ਜੁੜਿਆ ਸੀਗੇ ਭਾਰਸੋਂ ਦੇ ਰਵੀ ਦਾ ਵੀ ਕਹਿੰਦੇ ਬਾਬਾ ਮੇਰ ਕਰੇ ਆਉਣ ਵਾਲੇ ਸਮੇਂ 'ਚ ਕਹਿੰਦੇ ਨਾਮੀ ਕਮੈਂਟਰਾਂ 'ਚ ਨਾਮ ਹੋਵੇਗਾ। ਲੈ ਵੀ ਗੁਰਮਨ ਦੀ ਬਾਲ ਹੈ ਤੇ ਆ ਗਿਆ ਕਹਿੰਦੇ ਰਾਜਾ ਭਾਰਸੋਂ ਦੀ ਧਰਤੀ ਦਾ ਰਾਜਾ ਕਹਿੰਦੇ ਰਾਜਾ ਰਾਜੇ ਦੀ ਵੀ ਗੱਲ ਖੜੀ ਹੁੰਦੀ ਆ ਕਿ ਟੌਰ ਸ਼ੋਰ ਲਾਉਂਦਾ ਰਹਿੰਦਾ ਪਾਣ ਠਣ ਕੇ ਤੇ ਤੁਰਦਾ ਵੜਕ ਇੱਕ ਤਰ ਕੇ ਕਰਦਾ ਕਿਸੇ ਨਾ ਕਿ ਮਿੱਤਰਾਂ ਦੀ ਗੱਲ ਵੱਖਰੀ ਤੁਰੀ ਫਿਰਦੀ ਆ ਗੱਲ ਵੱਖਰੀ ਕਹਿੰਦੇ ਵੀ ਤੇਰੇ ਵੱਡੇ ਨਾਂ ਪੱਪੀ ਵਾਲੇ ਅੱਜ ਫਿਰ ਤੇਰੇ ਤੇ ਕਹਿੰਦੇ ਸਾਰਾ ਮੈਚ ਅੱਜ ਤੇਰੇ ਤੇ ਸਾਰਾ ਮੈਚ ਬਾਲਾਂ ਕਿਤੇ ਫਰੀਦੀਆਂ ਪੈਣ ਲੱਗੀਆਂ। ਲੈ ਵੀ ਖੇਡਿਆ ਰਾਜਾ ਸ਼ੌਟ ਕਹਿੰਦੇ ਰਨ ਜਿਹੜੇ 4 ਰਨ ਜਿਹੜੇ 4 ਬਾਰਡਰ ਤੋਂ ਪਾਰ ਰਨ ਜਿਹੜੇ 4 ਓਵਰ ਦੀ ਸਮਾਪਤੀ ਹੈ 10 ਰਨ ਲੱਗਿਆ ਇੱਕ ਚੌਕਾ ਦੇ ਛੱਕਾ ਤੇ ਪਰ 2 ਵਿਕਟਾਂ ਕਹਿੰਦੇ ਗੁਰਮਨ ਆਊਟ ਕਰ ਗਿਆ।
ਦੋ ਵਿਕਟਾਂ ਕਿਤੇ ਗੁਰਮਨ ਆਊਟ ਕਰ ਗਿਆ। ਜਿਹੜਾ ਨਵਨ ਇਸ ਸਮੇਂ ਫਾਲ ਕਰੇਗਾ, ਗੱਲ ਸਮੇਂ ਨੇ ਕਰਨੀ ਹੈ। ਸਾਹਮਣੇ ਠਿਕਰੀ ਵਾਲ ਦੇ ਕੱਪ ਦਾ ਦਰਸ਼ਕੀ ਪਲਸਰ ਜੇਤੂ ਹੈ ਕਿ ਤੇਰੇ ਪਲਸਰ 'ਤੇ ਮੇਰਾ ਨਾਂ ਲਿਖਿਆ, ਉਹ ਚਰਿਆ ਨਹੀਂ ਜਾਂਦਾ ਲੋਕਾਂ ਤੋਂ ਕਿ ਤੇਰੇ ਪਲਸਰ 'ਤੇ ਮੇਰਾ ਨਾਂ ਲਿਖਿਆ, ਚਰਿਆ ਨਹੀਂ ਜਾਂਦਾ ਲੋਕਾਂ ਤੋਂ। ਪਲਸਰ ਜੇਤੂ ਇਹ ਸ਼ਾਹਪੁਰਵਾ ਭੁੱਖੀ ਐਕਸਪ੍ਰੈਸ ਕਹਿੰਦੀ ਦੁਨੀਆ ਵੀ ਪਾਲਾਂਗੇ ਦੇ ਤੇਜ਼ ਕਰਦਾ ਮੁੰਡੇ ਨੂੰ। ਥੋੜ੍ਹੀ ਪੈਕ ਪੇਨ ਦੀ ਅਤੇ ਟੈਨ ਸੈਲ ਉਹਦੀ ਪ੍ਰੋਬਲਮ ਰਹੀ ਆ ਪਿਛਲੇ ਦਿਨੀ, ਅਤੇ ਖੇਡ ਮੈਦਾਨਾਂ ਤੋਂ ਕਿਤੇ ਸਾਲ ਕੁ ਦੂਰ ਰਿਹਾ ਸੀ, ਪਰ ਜਦ ਦੁਬਾਰਾ ਕਿਤੇ ਖੇਡ ਸ਼ੁਰੂ ਕੀਤੀ ਅੱਜ ਕਿਤੇ ਦੁਨੀਆ ਫੈਨ ਕਰ ਚੁੱਕਿਆ, ਅੱਜ ਕਿਤੇ ਦੁਨੀਆ ਫੈਨ ਕਰ ਚੁੱਕਿਆ। ਰੈਵੀ ਫਾਲ ਕਹਿੰਦੇ ਖੇਡਦੇ ਮੈਦਾਨ 'ਚ ਇੱਧਰ ਭਾਂਪਰੀ ਦੇ ਨੌਜਵਾਨ ਦੀ ਪੈਣ ਲੱਗੀ ਹੈ। ਆ ਗਿਆ ਸਾਹਮਣੇ ਭੁੱਖੀ ਕਹਿੰਦੇ ਸ਼ਾਹਪੁਰ ਦਾ ਅੱਜ ਕਹਿੰਦੇ ਪੱਪੀ ਭਾਰਸੋ ਵਾਲਾ ਮਾਣ ਕਰਦਾ ਵੀ ਮੁੰਡਾ ਯਾਰਾਂ ਦੀਆਂ ਯਾਰੀਆਂ ਪਵਾਉਂਦਾ ਹੈ, ਨਾ ਕੋਈ ਯਾਰਾਂ ਦੀਆਂ ਯਾਰੀਆਂ ਪਵਾਉਂਦਾ। ਰਨ ਭੁੱਖੀ ਖੇਡਦੇ ਮੈਦਾਨ 'ਚ ਕਹਿੰਦੇ ਇੱਕ ਦਾ ਵਾਧਾ, ਰਨ ਕਹਿੰਦੇ ਇੱਕ ਦਾ ਵਾਧਾ ਹੋਰ ਹੋ ਚੁੱਕਿਆ, ਰਨ ਕਹਿੰਦੇ ਇੱਕ ਦਾ ਵਾਧਾ ਹੋਰ ਹੋ ਚੁੱਕਿਆ। ਲੈ ਵੀ ਰਾਜਾ ਤੇਰੇ ਦੇ ਨਾਂ 'ਚ ਯਾਰਿਆਂ ਦੇ ਭੁੱਖੀ ਦੇ ਘੱਟ ਹੈ, ਕਿਉਂਕਿ ਜੇ ਤੂੰ ਛੱਕੇ ਮਾਰ ਗਿਆ ਘੁੱਗੀ ਆਪੀ ਛੱਕੇ ਮਾਰੂਗਾ, ਵੀ ਪਿੰਡ ਵਾਲੇ ਛੱਕੇ ਮਾਰ ਰਿਹਾ, ਇਕੱਲਾ ਘੁੱਗੀ ਕਿੰਨੇ ਕੁ ਮਾਰੂਗਾ, ਇਕੱਲਾ ਘੁੱਗੀ ਕਿੰਨੇ ਕੁ ਮਾਰੂਗਾ, ਇਹ ਰਨ ਤੂੰ ਵੀ ਕਰਨੇ ਆ ਤੇ ਘੁੱਗੀ ਦਾ ਹੌਸਲਾ ਵੱਡਾ ਹੋ ਜਾਣਾ, ਘੁੱਗੀ ਦਾ ਹੌਸਲਾ ਕਹਿੰਦੇ ਵੱਡਾ ਹੋ ਜਾਣਾ। ਸਿਰੇ ਦੀ ਬਾਲ ਕਹਿੰਦੇ ਖੇਡਦੇ ਮੈਦਾਨ ਦੇ ਵਿੱਚ, ਇੱਧਰ ਭਾਂਪਰੀ ਦੀ ਟੀਮ ਦਾ ਨੌਜਵਾਨ ਕਹਿੰਦੇ ਲਾਲ ਰੰਗ ਦੀ ਟੀ ਸ਼ਰਟ, ਆਹ ਵੀ ਕਹਿੰਦੇ ਖਤਰੇ ਦੀ ਨਿਸ਼ਾਨੀ ਬਣਿਆ ਫਿਰਦਾ, ਆਹ ਵੀ ਖਤਰੇ ਦੀ ਨਿਸ਼ਾਨੀ ਬਣਿਆ ਫਿਰਦਾ। ਬਾਲਰ ਦਾ ਨਾਂ ਦਾ ਜੋ ਵੀਰੇ, ਕਿਉਂਕਿ ਆਪਾਂ ਸੀਰੀ ਜਿਹੜੀ ਕਾਊਂਟ ਕਰਨੀ ਹੈ। ਰਾਜਾ ਇਹ ਪਾਰਸੋ ਰਨ ਛੇ ਹੋ ਗਏ, ਰਨ ਕਿਤੇ ਛੇ ਹੋ ਗਏ, ਹੁਣ ਇਹਨੇ ਕੈਚ ਕਿਤੇ ਫੜਿਆ ਸੀ ਪਰ ਰਨ ਜਿਹੜੇ ਛੇ, ਰਨ ਜਿਹੜੇ ਛੇ। ਇੱਧਰ ਮੈਨ ਉਹਦੀ ਸੀਰੀ ਕਹਿੰਦੇ ਸਕੂਟਰ ਹੋਈ ਆ ਗਿਆ, ਤੇ ਜਿਹੜੇ ਕਹਿੰਦੇ ਖੇੜੀ ਜੱਟਾਂ ਵਾਲਾ ਜਸ਼ਨ ਲਾ ਰਹੇ ਆ, ਟੀਮ ਭਾਵੇਂ ਬਾਹਰ ਹੋ ਗਈ ਆ ਪਰ ਸਵਾਦ ਕਹਿੰਦੇ ਪੂਰਾ ਲੈ ਰਹੇ ਆ, ਐਡ ਤੋਂ ਗੇੜੀ ਕਹਿੰਦੇ ਪੂਰੀ ਲਾ ਰਹੇ ਆ, ਤੇ ਬੁਲਟ ਵੀ ਲੈ ਲਾਂਗੇ ਜੇ ਤਿੰਨ ਚੰਗੇ ਆਉਣਗੇ, ਉਦੋਂ ਤੱਕ ਯਾਰ ਜਿਹੜੀ ਚੇਤਕ ਦੇ ਲਾਉਣਗੇ। ਇਹ ਨਵਾਂ ਨਵਾਂ ਪੈਰ ਮੈਂ ਜਵਾਨੀ ਵਿੱਚ ਪਾਇਆ ਹੈ ਕਿ ਮਿਹਰਬਾਨੀ ਦਾਤਿਆ ਵੀ ਪੂਰੇ ਲਿਖਵਾਏ। ਲੈ ਵੀ ਰਨ ਕਿਤੇ ਚਾਰ, ਐਡ ਤੋਂ ਕੰਮ ਕਿਤੇ ਸ਼ੁਰੂ ਕਰ ਦਿੱਤਾ, ਫਿਰ ਬਾਲਰ ਦਾ ਨਾਂ ਪਤਾ ਲੱਗੇ, ਇੱਕ ਵਾਰੀ ਬੋਲੋ ਜਾਂ ਸਾਊਂਡ ਦੀ ਆਵਾਜ਼ ਬੰਦ ਹੋਊ ਫਿਰ ਬੋਲੋ। ਗੁਰੀ ਵਾਲਾ ਕਰਦਾ ਕਹਿੰਦੇ ਭਾਪਰੀ ਦਾ ਗੁਰੀ ਵਾਲਾ ਕਰ ਰਿਹਾ, ਤੇ ਸਾਹਮਣੇ ਰਾਜਾ ਭਾਰਸੋ ਅੱਜ ਕਹਿੰਦੇ ਚੀਨ ਦੀ ਕੰਧ ਬਣ ਕੇ ਖੜ ਗਿਆ, ਚੌਕੇ ਛੱਕੇ ਮਾਰ ਰਿਹਾ, ਚੌਕੇ ਛੱਕੇ। ਰਾਜਾ 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 ਇੱਕ ਵਾਰੀ ਤਾੜੀ ਦਾ ਮਾਰ ਦੋ ਮੁੰਡੇ ਦੇ ਨਾਂ ਤੇ, ਰਾਜਾ ਕਹਿੰਦੇ ਕਿੱਥੇ ਕ੍ਰਿਕਟ ਦਾ ਖਿਡਾਰੀ ਹੈ ਉੱਥੇ ਹੀ ਦਰਸ਼ਕ ਵੀਰੇ ਭਾਰਸੋ ਵਾਲਿਆਂ ਨੂੰ ਵੀ ਪਤਾ ਹੈ ਉਹਦਾ ਗੇੜੀ ਛੇੜੀ ਲਾਉਣ ਦਾ ਸ਼ੌਕੀਨ ਹੈ, ਕਹਿੰਦੇ ਭਾਰਸੋ ਦਾ ਸਿਰੇ ਦਾ ਕਬਾੜੀ ਹੈ। ਰਵੀ ਸਿਰੇ ਦੇ ਛੱਕੇ ਅੱਜ ਮਾਰ ਰਿਹਾ, ਸਿਰੇ ਦੇ ਛੱਕੇ ਅੱਜ ਮਾਰ ਰਿਹਾ। ਮੈਂ ਕਿਹਾ ਸੀ ਪਿੰਡ ਵੱਲ ਗੇੜਾ ਗੁੜਾ ਲਾ ਦਿਆ ਕਰੋ, ਕਹਿੰਦੇ ਕਹਿੰਦਾ ਏਰੀਆ ਦੂਰ ਪੈ ਜਾਂਦਾ, ਏਰੀਆ ਕਹਿੰਦਾ ਦੂਰ ਪੈ ਜਾਂਦਾ। ਲੈ ਵੀ ਕੁੜੀ ਦਾ ਮੋਰਾਂ ਚ ਨੌਲ ਖਾਦਾ ਦੇ ਰਨ, ਓਵਰ 27 ਬਣ ਚੁੱਕੇ ਆ, ਰਨ ਕਹਿੰਦੇ ਦੋ ਓਵਰ 27 ਬਣ ਚੁੱਕੇ ਆ। ਲੈ ਵੀ ਘੁੱਗੀ ਸਾਹਿਬ ਪ੍ਰੈਸ਼ਰ ਤੇਰੇ ਉੱਤੇ, ਕਹਿੰਦੇ ਢਿੱਲਾ ਕਰ ਦਿੱਤਾ ਮੁੰਡੇ ਨੇ, ਐਡ ਤੋਂ ਢਿੱਲਾ ਕਰਦਾ ਤੇ 17 ਰਨ ਪਾ ਗਿਆ, ਐਡ ਤੋਂ ਪੂਰੀ ਨੂੰ ਕਹਿੰਦੇ 17 ਪਾ ਗਿਆ, ਤੇ ਗੁਰਮਨ ਕਹਿੰਦੇ ਚੂਚਾ ਓਵਰ ਲੈ ਕੇ ਬਾਲ ਕਰੇਗਾ। ਲੈ ਵੀ ਘੁੱਗੀ ਤਕੜਾ ਹੋ ਕੇ ਖੇਡੀ, ਮੁੰਡਾ 2 ਵਿਕਟ ਆਊਟ ਕਰ ਗਿਆ,
ਮੁੰਡਾ ਕਹਿੰਦੇ 2 ਵਿਕਟ ਆਊਟ ਕਰ ਗਿਆ। ਤੇ ਸ਼ਾਹਪੁਰ ਦੇ ਘੁੱਗੀ ਦੀ ਗੱਲ ਕਿਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਾਮੀ ਸਰਦਾਰਾਂ ਦੇ ਵਿੱਚ ਹੁੰਦੀ ਆ, ਉਹਨਾਂ ਪਲੇਅਰਾਂ ਦੇ ਵਿੱਚ ਹੁੰਦੀ ਆ ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਕਹਿੰਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਨਾਮ ਫਟਾ ਕਰ ਦਿੱਤਾ। ਭਾਵੇਂ ਅਜਨੇਰ ਦਾ ਸੱਤੂ ਹੋਵੇ, ਭਾਵੇਂ ਕਿਵੇਂ ਦੇ ਕਹੀਏ ਚੌਂਟੀ ਵਰਗੇ ਹੋਣਾ, ਭਾਵੇਂ ਕਹਿੰਦੇ ਪੱਪੀ ਵਰਗੇ ਹੋਣਾ, ਭਾਵੇਂ ਕਹਿੰਦੇ ਘੁੱਗੀ ਵਰਗੇ, ਹਾਂ ਦੋ ਨਾਮ ਕਹਿੰਦੇ ਫੱਟਾ ਕਰ ਚੁੱਕੇ ਆ, ਨਾਮ ਕਹਿੰਦੇ ਫੱਟਾ ਕਰ ਚੁੱਕੇ ਆ। ਇੱਥੇ ਗੱਲ ਕਰੀਏ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਹਨਾਂ ਸਰਦਾਰਾਂ ਦੀ, ਉਹਨਾਂ ਸਿੱਖ ਸਰਦਾਰਾਂ ਦੀ ਜਿਹਨਾਂ ਕਾਸ਼ ਕੁਝ ਕੀਤੀ ਫੈਨ ਦੁਨੀਆ ਸਾਰੇ ਟੌਪ ਦੇ ਸਤਾਰਾਂ ਦੀ। ਇਹ ਮੰਨ ਲਓ ਵਾਲੀ ਕੁਲਵੀਰ ਦੀ ਕਮੈਂਟਰੀ ਤੇ ਸ਼ਾਹਪੁਰ ਦੇ ਘੁੱਗੀ ਦੀ ਖੇਡ ਦੇ ਕਹਿੰਦੇ ਯਾਰੋ ਲੋਕੀ ਫੈਨ ਨੇ, ਸਰਹੰਦ ਵਾਲਾ ਕਮਲ, ਫਸੀਆਂ ਦਾ ਰੂਪੀ ਤੇ ਛੰਨਾ ਵਾਲਾ ਦੀਂਦਾ ਕਹਿੰਦੇ ਨਾਮੀ ਫੈਮਲੀ ਤੇ ਸੇਖੂ ਸਰਦਾਰ ਲਾਲੀ ਜਿੱਦਣ ਖੜਦੇ ਕਹਿੰਦੇ ਸਰਾਈ ਕਰਾਉਂਦਾ ਏ ਤੇ ਮਾਲੋਵਾਲ ਦਾ ਜੋਰ ਦਿੱਤਾ ਏ। ਯਾਰ ਸਾਪਰ ਭਾਰਸੋ, ਸੋਰੀ ਰਾਜਾ ਭਾਰਸੋ ਵਾਲਾ ਕਹਿੰਦੇ ਭਾਰਸੋ ਵਾਲਾ ਭਾਈ ਲਾਈਵ ਦੱਸਿਆ ਸਹੀ ਚੱਲਦਾ। ਲੈ ਵੀ ਕੂਲਰ ਕਹਿੰਦੇ ਬੜੇ ਚੱਕੇ, ਤੇ ਡਿਮਾਂਡ ਹੋ ਰਹੀ ਆ ਵੀ ਆਹ ਬੰਦੇ ਨੇ ਕੂਲਰ ਬੜੇ ਚੱਕੇ ਆ, ਪਰ ਅੱਜ ਮੈਨੂੰ ਲੱਗਦਾ ਸਕੂਟਰ ਚੱਕੂ, ਅੱਜ ਵੀ ਲੱਗਦਾ ਸਕੂਟਰ ਚੱਕੂ, ਕੂਲਰ ਚੱਕੇ ਪੁਰਾਣੇ ਕਿਉਂਕਿ ਕਬਾੜ ਦਾ ਕੰਮ ਹੈ। ਇਹ ਗੱਲ ਹੁੰਦੀ ਆ ਸਭ ਇਹਦੀ ਰਾਜੇ ਦੀ ਵੀ ਗੱਲ ਹੁੰਦੀ ਆ। ਅੱਗੇ ਵੀਰ ਇੱਕ ਮਿੰਟ, ਆ ਗਿਆ ਇੱਕ ਮਿੰਟ। ਲੈ ਵੀ ਗੁਰਮੰਦੀ ਦੇ ਰਾਜਾ ਸਵੇ ਰਨ ਕਹਿੰਦੇ ਸਿੰਗਲ ਆ ਗਿਆ, ਸ਼ਾਹਪੁਰ ਦਾ ਘੁੱਗੀ ਗੁਰਮਨ ਦੀ ਬਾਲ ਕਹਿੰਦੇ ਫਿਰ ਦੇ ਮੈਦਾਨ ਦੇ ਵਿੱਚ ਸਾਹਮਣੇ ਘੁੱਗੀ ਹੈ ਸ਼ਾਹਪੁਰੀਆ ਪਲੇਅਰ ਸਾਰੇ ਤਕੜੇ ਹੁੰਦੇ ਆ, ਅੱਜ 13 ਦਿਨਾਂ ਦੇ 6 ਓਵਰ ਖੜ ਗਿਆ, ਪੱਕੀ ਗੱਲ ਆ 80-90 ਤੂੰ ਕਰ ਦੇਣੇ ਆ, ਜੇ ਰਾਜਾ 6 ਓਵਰ ਖੇਡ ਗਿਆ 80-90 ਕਰ ਦੂਗਾ। ਮੈਚ ਰਹਿ ਗਿਆ ਰਾਜੇ ਦੇ, ਮੈਚ ਰਹਿ ਗਿਆ ਗੁਰਮਨ ਨੇ ਵੀ ਕਹਿੰਦੇ ਸਕੂਟਰ ਨੂੰ ਲਗਭਗ ਹੱਥ ਜਾ ਪਾ ਲਿਆ, ਸਟੈਂਡ ਤੇ ਬੈਠ ਗਿਆ, 3 ਵਿਕਟਾਂ ਕਿਤੇ ਲੈ ਗਿਆ। ਹਾਂ ਤੋ ਗੁਰਮਨ ਵੀ ਕਹਿੰਦੇ ਸਕੂਟਰ ਨੂੰ ਹੱਥ ਪਾਈ ਜਾਂਦਾ ਜੀ। ਲੈ ਵੀ ਬਾਲ ਕਹਿੰਦੇ ਗੁਰਮਨ ਦੀ ਬੈਲ ਕਹਿੰਦੇ ਨਵਾਂ ਬੈਟਸਮੈਨ ਕਾਲਾ ਭਾਰਸੋ, ਇਹਦੀ ਕਹਿੰਦੇ ਮਕੈਨਿਕ ਹੈ ਗੱਡੀਆਂ ਦਾ। ਲੈ ਵੀ ਬਾਲ ਕਹਿੰਦੇ ਵਾਈਡ ਹੈ, ਬਾਲ ਕਹਿੰਦੇ ਵਾਈਡ ਹੈ। ਲੈ ਵੀ ਡਰ ਗਿਆ ਕਿਤੇ ਸਾਹਮਣੇ ਗੁਰਮਨ, ਕਿਤੇ ਮਕੈਨਿਕ ਇੰਜਣ ਨਾ ਕਰ ਦੇਵੇ। ਪਾਂਬਰੀ ਵਾਲੇ ਵਿਕਟਾਂ 3 ਆਊਟ ਕਰ ਲਈਆਂ, ਪਰ ਭਾਰਸੋ ਦੀ ਟੀਮ ਕਹਿੰਦੇ ਆਹੀ ਗਰਾਊਂਡ 'ਚ ਛੱਕੀ ਮਾਰਦੀ ਹੈ। ਐਂਟਰੀ ਮੈਚ ਲਾਉਂਦੇ ਆ, ਐਂਡ ਹਰ ਸੰਡੇ ਖੇਡਦੇ ਤੇ ਸ਼ਾਮ ਨੂੰ ਖੇਡਦੇ ਆ। ਕਾਲਾ ਤੇ ਰਨ ਕਹਿੰਦੇ 4 ਹੋਵੇ, ਰਨ ਕਹਿੰਦੇ 4 ਹੋਵੇ। ਲੈ ਵੀ ਮਕੈਨਿਕ ਨੇ ਵੀ ਇੰਜਣ ਕਰਨਾ ਸ਼ੁਰੂ ਕਰ ਦਿੱਤਾ, ਗੱਡੀ ਕਹਿੰਦੇ ਸਰਵਿਸ ਤੇ ਲਾ ਦਿੱਤੀ ਆ, ਗੁਰਮਨ ਦੀ ਗੱਡੀ ਕਿਤੇ ਸਰਵਿਸ ਤੇ ਲਾ ਦਿੱਤੀ ਹੈ। ਲੈ ਵੀ ਗੁਰਮਨ ਤਕੜਾ ਹੋ ਕੇ ਬਾਲਾ ਬਾਈ ਨੂੰ ਜਮਨਾ, ਤਕੜਾ ਹੋ ਕੇ ਬਾਲਾ ਬਾਈ ਬਾਲ ਫੇਰ ਤੋਂ ਗੁਰਮਨ ਕਹਿੰਦੇ ਭਾਂਬਰੀ ਵਾਲੀ ਦੀ, ਤੇ ਓਵਰ ਕਹਿੰਦੇ ਸਮਾਪਤ ਹੋ ਚੁੱਕੇ ਆ। ਲੈ ਵੀ ਰਨ ਕਹਿੰਦੇ 40, 3 ਓਵਰ 40। ਰਾਜਾ ਤਕੜਾ ਹੋ ਜਾ ਅੱਜ, ਫਿਰ ਤਕੜਾ ਹੋ ਜਾ। ਲੈ ਵੀ ਲਾਲਵਰ ਦੇ ਗੱਗੀ ਨੇ ਬਾਲਾਂ ਕਰੀਆਂ, ਗੱਗੀ ਕਹਿੰਦੇ ਬਾਲਰਾਂ ਦੇ ਇੰਜਣ ਕਰ
ਕਹਿੰਦੇ ਗੱਗੀ ਨੇ ਜਦ ਤੂੰ ਕਰਦੇ ਕਹਿੰਦੇ ਲਲਕਾਰੇ ਵੱਜਣੇ ਆ, ਆ ਛੱਕਾ ਮਾਰਿਆ ਤਾਂ ਲਲਕਾਰਾ ਸਾਊਂਡ ਹੋਊਗਾ, ਕਿਉਂਕਿ ਇੱਧਰ ਸਟੇਜ 'ਤੇ ਸਾਰੀ ਭਾਰਸੋ ਤੇਰੇ ਛੱਕੇ ਦੀ ਵੇਟ ਕਰ ਰਹੀ ਹੈ, ਸਾਰੀ ਭਾਰਸੋ ਤੇਰੇ ਛੱਕੇ ਦੀ ਵੇਟ ਕਰ ਰਹੀ ਹੈ। ਉੱਧਰ ਲਾਣਪੁਰ ਦਾ ਗੱਗੀ ਜਿੱਥੇ ਡੌਲਿਆਂ ਦੇ ਜ਼ੋਰ 'ਤੇ ਕਹਿੰਦੇ ਛੱਕੇ ਲਾਉਣ ਦੇ ਵਿੱਚ ਮਸ਼ਹੂਰ, ਕਹਿੰਦੇ ਪੂਰੀ ਦੁਨੀਆਂ ਦੇ ਵਿੱਚ ਜੋ ਚੁੱਕਿਆ, ਅਤੇ ਉੱਧਰ ਲਾਈਵ ਕਹਿੰਦੇ ਇਹਨਾਂ ਮੈਚਾਂ ਨੂੰ ਵਿਕਾਸ ਕੇ ਮੇਰੀ ਚੁੱਧ ਦੇ ਯੂਟਿਊਬ ਚੈਨਲ 'ਤੇ ਮਲੋਹ ਵਾਲਾ ਮੋਹਿਤ ਕਰੀ ਜਾਂਦਾ, ਲਾਈਵ ਕਹਿੰਦੇ ਮਲੋਹ ਵਾਲਾ ਮੋਹਿਤ ਕਰਦਾ ਹੈ। ਲਾੜਪੁਰ ਦੇ ਗੱਗੀ ਦੀ ਅਗਲੀ ਬਾਲ ਕਹਿੰਦੇ ਚੌਥੇ ਓਵਰ ਦੀ ਪਹਿਲੀ ਰਾਜਾ ਗੈਰੀ ਲਲਕਰਾ ਮਾਰਦੇ ਫਿਰ ਰਾਜੇ ਦੇ ਨਾਂ ਤੇ ਰਾਜਾ ਕਹਿੰਦੇ ਅੱਜ ਸਿਰਾ ਕਰਵਾ ਰਿਹਾ, ਰਾਜਾ ਕਹਿੰਦੇ ਅੱਜ ਸਿਰਾ ਕਰਵਾ ਰਿਹਾ। ਲੈ ਵੀ ਰਾਜੇ ਦੇ ਛੱਕੇ ਕਹਿੰਦੇ ਐਨ ਤੋਂ ਪੱਟੇ ਛੱਕੇ ਹੁੰਦੇ ਜਾ ਰਹੇ ਆ, ਐਨ ਤੋਂ ਕਹਿੰਦੇ ਦੁਨੀਆਂ ਫੈਨ ਕਰ ਰਹੇ ਆ, ਅੱਜ ਕਹਿੰਦੇ ਦੁਨੀਆਂ ਫੈਨ ਕਰ ਰਹੇ ਆ। ਤਿੰਨ ਛੱਕੇ ਲਗਾਤਾਰ ਮਾਰਦਾ ਪੱਪੀ ਵੱਲੇ 500 ਹੋ ਗਿਆ, ਪੱਪੀ ਵੱਲੇ 500 ਹੋ ਗਿਆ, ਰਾਜੇ ਦੇ ਤਿੰਨ ਛੱਕੇ ਦੇ ਕਹਿੰਦੇ 500 ਹੋ ਗਿਆ। ਲੈ ਵੀ ਪਾਲ ਕਹਿੰਦੇ ਲਾੜਪੁਰ ਦੇ ਗੱਗੀ ਦੀ ਹੈ, ਸਾਹਮਣੇ ਰਾਜਾ ਰਨ ਛੇ ਯਾਰ ਰਾਜਾ ਯਾਰ ਰਾਜਾ ਕਹਿੰਦਾ ਘਾਟਾ ਵਾਧਾ ਕਰਦਾ ਨਹੀਂ, ਇਹ ਕੱਟ ਕੇ ਲਾਉਂਦਾ ਰੇਟ ਕੁੜੇ, ਕਿਤੇ ਨਾ ਯਾਰ ਕਬਾੜੀ ਸਿਰੇ ਦਾ ਕਦੇ ਬੋਤਲ ਕੱਤਾ ਵੇਚ ਕੁੜੇ, ਕਦੇ ਬੋਤਲ ਕੱਤਾ ਵੇਚ ਕੁੜੇ। ਰਾਜਾ ਅੱਜ ਕਹਿੰਦੇ ਸਿਰਾ ਕਰਵਾ ਰਿਹਾ, ਦੁਨੀਆਂ ਕਹਿੰਦੇ ਫੈਨ ਕਰੀ ਜਾਂਦਾ, ਦੁਨੀਆਂ ਕਹਿੰਦੇ 500 ਦਾ ਛੱਕਾ ਕੰਮ ਕਰਾ ਗਿਆ। ਪਰ ਇੱਕ ਵਾਰੀ ਤਾੜੀ ਮਾਰੋ ਯਾਰ, ਰਾਜੇ ਦੇ ਨਾਂ ਤੇ ਸੋਹਣੀ ਬੈਟਿੰਗ ਕਰਕੇ ਆਇਆ, ਸੋਹਣੀ ਬੈਟਿੰਗ ਕਰਕੇ ਆਇਆ। ਰਾਜੇ ਨੇ ਕਿੰਨੇ ਰਨ ਮਾਰੇ ਜੀ? ਰਾਜੇ ਦੇ ਕੱਲੇ 9 ਰਨਾਂ ਦੀ ਪਾਰੀ, ਕਹਿੰਦੇ ਆਪਣੀ ਟੀਮ ਲਈ ਖੇਡ ਗਿਆ, 39 ਦੀ ਪਾਰੀ ਆਪਣੀ ਟੀਮ ਲਈ ਖੇਡ ਗਿਆ। ਕਾਲਾ ਮਕੈਨਿਕ ਸਾਹਮਣੇ ਆ ਤੇ ਨਵਾਂ ਬੈਟਸਮੈਨ ਲਾਟੀ ਬਾਈ, ਲੈ ਵੀ ਲਾਡੀ ਕਹਿੰਦੇ ਨੌਨ ਸਟ੍ਰਾਈਕਿੰਗ ਐਂਡ ਤੇ ਸਟ੍ਰਾਈਕ ਤੇ ਕਾਲਾ ਐਸ ਵੀ ਕਾਲਾ ਕਹਿੰਦੇ ਸਟ੍ਰਾਈਕ। ਲੈ ਵੀ ਕਾਲੇ ਦਾ ਸ਼ਾਟ ਰਨ ਕਹਿੰਦੇ ਦੇਖਦੇ ਵੀ ਇੱਕ ਰਨ ਕਹਿੰਦੇ ਇੱਕ। ਲੈ ਵੀ ਲਾਡੀ ਇੱਧਰ ਟੀਮ ਕਹਿੰਦੀ ਵੀ 70-80 ਕਿਹੜਾ ਕਰ ਦਿਓ, ਪਾਲਾ ਅਸੀਂ ਪਾ ਦੇਣੀਆਂ, ਭੁੱਖੀ ਕਹਿੰਦਾ ਪਾਲਾ ਮੈਂ ਪਾ ਦੇਣੀਆਂ, ਪੱਪੀ ਨੇ ਵਾਲਾ ਪਾ ਦੇਣੀਆਂ, ਪਾਲਾ ਕਹਿੰਦੇ ਸਾਫਰ ਨੇ ਡੱਬੀਆਂ ਲਾ ਦੇਣੀਆਂ, ਐਂ ਤੋਂ ਕਹਿੰਦਾ ਰਨ 80 ਕਿਤੇ ਲਾ ਗਏ, ਇੱਕ ਵਾਰੀ ਕਰ ਦਿਓ ਮੈਚ ਬਣਾ ਦੇਣਾ, ਮੈਚ ਕਹਿੰਦੇ ਬਣਾ ਦੇਣਾ। ਲੈ ਵੀ ਲਾੜਪੁਰ ਦੇ ਗੱਗੀ ਦੀ ਬਾਲ ਤੇ ਰਨ ਛੇ, ਥੱਲੇ ਬੱਲੇ ਥੱਲੇ ਥੱਲੇ ਬੱਲੇ ਕਰਾ ਰੱਖੀ ਆ, ਭਾਰਸ ਵਾਲੇ ਨੇ ਕਿਤੇ ਬੱਲੇ ਬੱਲੇ ਕਰਾ ਰੱਖੀ ਹੈ। ਰਨ 6-6 ਚੜ ਰਹੇ ਆ, ਰਨ ਕਿਤੇ 6-6 ਚੜ ਰਹੇ ਆ, ਇਹ ਚੜ੍ਹਦੀ ਜਵਾਨੀ ਵਿੱਚ ਫੁੱਟ ਗੱਭਰੂ, ਇਹ ਮਾਰ ਮਾਰ ਚੌਕੇ ਛੱਕੇ ਲੈਂਦਾ ਮੇਲਾ ਮੁੱਕ ਗੱਭਰੂ, ਜਦ ਵੱਜਦਾ ਟੌਪ ਦਾ ਛੱਕਾ ਤੇ ਦੁਨੀਆਂ ਦੀ ਤਾਂਦੀ ਫਿਰ ਨੱਚ ਮਿੱਤਰੋ, ਅੱਜ ਕੱਲ੍ਹ ਫੜਿਆ ਕ੍ਰਿਕਟ ਦਾ ਕਰੇਜ ਆ, ਕੱਲ 16 ਨੇ ਸੱਚ ਮਿੱਤਰੋ, ਗੱਲ ਕਹਿੰਦੇ 16 ਨੇ ਸੱਚ ਮਿੱਤਰੋ। ਰਨ ਕਹਿੰਦੇ 2 ਦਾ ਵਾਧਾ ਲਾਡੀ ਆਪਣੀ ਟੀਮ ਲਈ ਕਰ ਗਿਆ, ਓਵਰ ਦੀ ਸਮਾਪਤੀ ਹੈ ਤੇ ਗੱਗੀ ਕਹਿੰਦੇ 3 ਛੱਕੇ ਖਾ ਗਿਆ, 60 ਰਨ ਬਣ ਗਏ ਜੀ, 4 ਓਵਰ 60। ਇੱਧਰ ਲਾਡੀ ਦੇ ਕਾਲਾ ਕਹਿੰਦੇ 80 ਕੀ 90 ਕਰਕੇ ਆਵਾਂਗੇ, ਅਸੀਂ 90 ਕਰਕੇ ਆਵਾਂਗੇ। ਲੈ ਵੀ 2 ਓਵਰ ਬਾਕੀ ਹੈ, 12 ਬਾਲਾਂ ਬਾਕੀ ਹੈ, 61 ਹੋ ਗਏ ਵੀਰੇ, 61 61 ਰਨ ਨੇ, ਬਾਲਰ ਦਾ ਨਾਂ ਵੀਰੇ ਦੱਸ ਦਿਓ ਗੋਰੀ ਗੁਰੀ। ਲੈ ਵੀ ਗੁਰੀ ਭਾਂਪੀ ਨੇ ਤੇ ਗੁਰਮਨ ਬੈਠਾ ਸੋਚ ਰਿਹਾ ਵੀ ਮੈਂ 3 ਛੱਕੇ ਵਾਲਾ ਨੇ, ਮੇਨ ਪਲੇਅਰ 3 ਆਊਟ ਕਰਦੇ ਤੇ ਹੁਣ ਕਹਿੰਦੇ ਬਾਕੀਆਂ ਤੋਂ ਖਾਈ ਜਾਂਦੇ ਹੋ, ਆ ਇੰਜਣ ਕਹਿੰਦੇ ਬਾਕੀਆਂ ਤੋਂ ਕਰਾਈ ਜਾਂਦੇ ਹੋ। ਸਾਹਮਣੇ ਕਾਲਾ ਮਕੈਨਿਕ ਗੱਡੀਆਂ ਦੇ ਇੰਜਣ ਕਰਦਾ,
ਅੱਜ ਕਹਿੰਦੇ ਐਨ ਤੋਂ ਮੁੰਡਾ ਕਹਿੰਦਾ ਗੁਰੀ ਦਾ ਇੰਜਨ ਕਰਨਾ, ਆ ਕਹਿੰਦਾ ਗੁਰੀ ਦਾ ਇੰਜਨ ਕਰਨਾ। ਗੁਰੀ ਤਕੜਾ ਹੋ ਕੇ ਬਾਲ ਪਾਈ ਨੌਜਵਾਨ, ਲੈ ਵੀ ਕਾਲੇ ਦਾ ਖੇਡਿਆ ਸ਼ੋਟ ਹੈ, ਰਨ ਕਹਿੰਦੇ ਇੱਕ ਖੇਡ ਦੇ ਮੈਦਾਨ ਦੇ ਵਿੱਚ ਰਨ ਕਹਿੰਦੇ ਇੱਕ। ਲੈ ਵੀ ਲਾਡੀ ਕਹਿੰਦੇ ਇੱਕੀ ਦੁੱਕੀ ਕੀ ਕਰਨੀ ਬਾਈ, ਜੱਕਾ ਆਉਣਾ ਚਾਹੀਦਾ, ਬਾਲਾਂ ਰਹਿੰਦੀਆਂ ਗਿਆਰਾਂ, ਹੁਣ ਦਾ ਹਰ ਵਾਲ ਦੇ ਛੱਕਾ ਆਉਣਾ ਚਾਹੀਦਾ, ਹੁਣ ਦਾ ਹਰ ਵਾਲ ਦੇ ਛੱਕਾ ਆਉਣਾ ਚਾਹੀਦਾ। ਲੈ ਵੀ ਬਾਲਾਂ ਕਹਿੰਦੇ ਐਨ ਤੋਂ ਤਕੜੀਆਂ ਦੇਖਦੇ ਵੀ ਹੁੰਦੀਆਂ, ਜਾਂ ਸਾਹਮਣੇ ਇੱਧਰ ਗੁਰੀ ਤੇ ਲਾਡੀ, ਲਾਡੀ ਲਾਡੀ ਬਾਲ ਕਹਿੰਦੀ ਡੌਟ, ਬਾਲ ਕਹਿੰਦੀ ਡੌਟ, ਲਾਡੀ ਸੇ ਕੀ ਡੌਟ, ਹੁਣ ਵਿਕਟ ਵਰਗੀ ਬਾਲ ਹੋ ਗਈ ਆ, ਬਾਲਾਂ ਦਸ ਰਹਿ ਗਈਆਂ, ਛੱਕੇ ਪੰਜ ਗਵਾਰ ਦੋ, ਛੱਕੇ ਪੰਜ ਗਵਾਰ ਦੋ। ਲੈ ਵੀ ਗੁਰੀ ਭੱਜਣ ਨਹੀਂ ਦੇਣੇ, ਤਕੜਾ ਤੂੰ ਵੀ ਹੋ ਜਾ ਪਾਂਪਰੀਆ, ਤਕੜਾ ਤੂੰ ਵੀ ਹੋ ਜਾ ਕਿ ਛੱਕੇ ਭੱਜਣ ਨਹੀਂ ਦੇਣੇ, ਪਰ ਸਾਹਮਣੇ ਲਾਡੀ ਲਾਡੀ ਗੁਰੀ ਲਾਡੀ ਗੁਰੀ ਲਾਡੀ ਤੇ ਵਿਕਟ ਦਾ ਪਤਨ ਹੋ ਚੁੱਕਿਆ, ਅਗਲਾ ਬੱਲੇਬਾਜ਼ ਪੁੱਜ ਗਿਆ। ਲੈ ਵੀ ਅਗਲਾ ਬੱਲੇਬਾਜ਼ ਪਿੰਦੂ ਬਾਈ, ਲੈ ਵੀ ਪਿੰਦੂ ਕਪੂਰੇ ਲੋਕੀ ਉਂਗਲਾ ਕਰ ਕਰ ਪੁੱਛਦੇ ਨੇ ਕਿ ਜਦ ਗਜ ਗਜ ਚੌੜੀਆਂ ਛਾਤੀਆਂ ਵਾਲੇ ਪਿੱਚ ਮਦਾਨਾ ਫੁੱਕਦੇ ਨੇ, ਜਦ ਗਜ ਗਜ ਚੌੜੀਆਂ ਛਾਤੀਆਂ ਵਾਲੇ ਪਿੱਚ ਮਦਾਨਾ ਫੁੱਕਦੇ ਨੇ, ਤੇ ਰਾਜਾ ਨੀ ਗਾ ਜੋਧਾ ਲੰਗ ਕਰਦਾ ਵੀ ਕਮੈਂਟਰੀ ਕਾਲਾ ਕਾਲਾ ਪੱਲੇ ਦੀਆਂ ਬਾਲਾਂ ਦੀ ਕਹਿੰਦੇ ਦੁਨੀਆਂ ਫੈਨ ਆ, ਪੱਲੇ ਦੀਆਂ ਬਾਲਾਂ ਦੀ ਕਹਿੰਦੇ ਦੁਨੀਆਂ ਫੈਨ ਆ। ਪੱਲੇ ਉਹਨਾਂ ਦੀ ਸ਼ੌਪ ਵੀ ਹੈ, ਕੋਈ ਵੀ ਇਲੈਕਟ੍ਰੋਨਿਕਸ ਦਾ ਸਮਾਨ ਲੈਣਾ ਹੋਵੇ ਕਹਿੰਦੇ ਅੱਡੇ ਦੇ ਵਿੱਚ ਸ਼ੌਪ ਹੈ ਪੱਲੇ ਦੀ, ਤੇ ਦੇਖਦੇ ਹਾਂ ਵੀ ਅੱਜ ਭੱਲਾ ਛੱਕੇ ਮਾਰਦਾ ਜਾਂ ਨਹੀਂ ਮਾਰਦਾ, ਗੱਲ ਸਮਝਦੀ ਹੈ, ਗੱਲ ਸਮਝਦੀ ਹੈ। ਰਾਮ ਬਾਈ ਕੀ ਬਣੇ, ਲੈ ਵੀ ਬਾਲ ਕਹਿੰਦੇ ਅਗਲੀ ਦੇ ਸਾਹਮਣੇ ਕਹਿੰਦੇ ਭੱਲਾ, ਲੈ ਵੀ ਭੱਲਾ ਕਹਿੰਦੇ ਖੱਬੂ ਫੜ ਗਿਆ ਵੀ ਅੱਜ ਰਿਵਰਸ ਜਾਂ ਖੱਬਾ ਹੋ ਕੇ ਤਕੜੀ ਸ਼ੋਟ ਮਾਰਦਾ, ਜਿੱਥੇ ਬੱਲੋ ਕਹਿੰਦਾ ਦੀਵਾਨ ਕਹਿੰਦੇ ਭਾਰਤ ਦੀ ਦੂਜੀ ਟੀਮ ਲਈ ਖੇਡੇਗਾ, ਐਡੋ ਮਾਚਰੀ ਦੇ ਕੱਪ ਦੇ ਖੱਬਾ ਹੋ ਕੇ ਖੇਡਿਆ ਤੇ ਕਹਿੰਦੇ ਯਾਮੇ ਨੂੰ ਕਿੱਕ ਪੱਲੋ ਕੇ ਵੱਲੋਂ ਮਾਰੀ ਹੈ, ਯਾਮੇ ਨੂੰ ਕਿੱਕ ਕਹਿੰਦੇ ਪੱਲੋ ਕੇ ਵੱਲੋਂ ਮਾਰੀ ਹੈ। ਅੱਜ ਪੁੱਠਾ ਹੋ ਕੇ ਕਹਿੰਦੇ ਐਡ ਫੜ ਗਿਆ, ਇਹ ਹੈ ਕਹਿੰਦੇ ਭੱਲਾ, ਇਹ ਹੈ ਕਹਿੰਦੇ ਭੱਲਾ 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 ਤੇ ਰਨ ਛੇ। ਲੈ ਰਨ ਕਹਿੰਦੇ ਛੇ, ਲੈ ਖੁਰੀ ਬਚੀ, ਆਹ ਬੰਦਾ ਕਹਿੰਦੇ ਸੱਜੂ ਹੈ, ਖੱਬੂ ਕੇ ਖੜ ਗਿਆ, ਰਿਵਰਸ ਵੀ ਤੇਰੇ ਕਿਸੇ ਸਮੇਂ ਪੈ ਸਕਦਾ, ਰਿਵਰਸ ਵੀ ਤੇਰੇ ਕਿਸੇ ਸਮੇਂ ਪੈ ਸਕਦਾ। ਲੈ ਵੀ ਪੱਲਾ ਤੇ ਰਨ ਕਹਿੰਦੇ ਕੋਈ ਨੀ, ਬਾਅਦ ਓਵਰ ਸਮਾਪਤ ਹੈ, ਓਵਰ ਸਮਾਪਤ ਹੈ, 68 ਰਨ, ਸਿਰਫ ਇੱਕ ਛੱਕਾ ਲੱਗਿਆ ਗੁਰੀ ਨੂੰ, ਸਿਰਫ ਇੱਕ ਛੱਕਾ ਲੱਗਿਆ। ਮੇਰੇ ਨਾਂ ਦੱਸੋ ਬਾਲਰ ਜੀ ਨੇ ਹੁਣ ਗੱਲ ਕਰਨੀ ਹੈ, ਕੀ ਹੈ ਵੀਰੇ ਨਾਂ ਦੱਸਿਓ, 68 ਵੀਰੇ 66 ਰਨ ਪਹਿਲਾਂ ਕਾਰਡ ਸੀਗੇ, ਇੱਕ ਸਿੰਗਲ ਵੀ ਆਇਆ ਜੀ, ਇੱਕ ਸਿੰਗਲ ਆਇਆ ਸੀ ਵੀਰੇ, ਇੱਕ ਸਿੰਗਲ ਆਇਆ ਸੀ, 68 ਹੋ ਗਈ। ਲੈ ਵੀ ਕਿਹੜਾ ਨੌਜਵਾਨ ਬਾਲ ਕਰੇਗਾ, ਸਾਹਮਣੇ ਬੈਟਸਮੈਨ
ਪੇਂਡੂ ਪੇਂਡੂ ਮਾਡਲ ਅੱਜ ਕਿਤੇ ਬੈਟਿੰਗ ਕਰੇਗਾ ਤੇ ਦੇਖਦੇ ਹਾਂ ਵੀ ਟੋਨ ਦਾ 2.5 ਫੁੱਟ ਦਾ ਬੱਲਾ ਹੱਥ ਦੇ ਵਿੱਚ ਹੈ ਹੁਣ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾਵੇਗਾ ਵਿਆਹ ਨਹੀਂ ਕਰਾਵੇਗਾ ਗੱਲ ਸਮਾਂ ਦੱਸੇਗਾ ਵੀ ਬੱਲੇ ਬੱਲੇ ਕਰਾਵੇਗਾ ਜਾਂ ਨਹੀਂ ਕਰਾਵੇਗਾ ਗੱਲ ਸਮਾਂ ਦੱਸੇਗਾ ਲੈ ਵੀ ਬਾਲਰ ਕਹਿੰਦੇ ਖੱਬੇ ਨੇ ਬਾਲ ਕਰਨੀ ਹੈ ਐਡ ਤੋਂ ਭਾਂਫਰੀ ਵਾਲੇ ਖੱਬੇ ਨੇ ਬਾਲ ਕਰਨੀ ਤੇ ਪੇਂਡੂ ਦਾ ਖੇਡਿਆ ਸ਼ਾਟ ਕਹਿੰਦੇ ਤੱਕੂ ਵੀ ਰਨ ਚਾਰ ਚਾਰ ਜਾਂ ਨਹੀਂ ਗੱਲ ਸਮੇਂ ਦੀ ਹੈ ਤੇ ਰਨ ਜਿਹੜੇ ਚਾਰ ਹੈ ਰਨ ਜਿਹੜੇ ਚਾਰ ਹੈ ਐਡ ਤੋਂ ਚੌਕੇ ਛੱਕੇ ਦੀ ਭਾਰਸ ਵਾਲੇ ਨੇ ਕਹਿੰਦੇ ਝੜੀ ਲਾ ਰੱਖੀ ਹੈ ਰਨ 72 ਹੋ ਗਏ ਬਾਲਾਂ 31 ਹੋਈਆਂ ਰਨ ਕਹਿੰਦੇ 72 ਹੋ ਗਿਆ ਲੈ ਵੀ ਛੱਕੇ ਦੋ ਕਦਾ ਕੱਢਣੇ ਪੈਣੇ ਆ 80-85 ਕਰਨੇ ਪੈਣੇ ਜੇ ਲਾੜਪੁਰ ਦਾ ਕੱਗੀ ਖੜ ਗਿਆ ਗੁਰਮਨ ਦਾ ਵੀ ਬੱਲਾ ਕਹਿੰਦੇ ਉਹਦੇ ਪੂਰਾ ਚੱਲ ਰਿਹਾ ਤੇ ਫਿਰ ਤਕੜੇ ਹੋ ਕੇ ਬੈਟਿੰਗ ਐਡ ਤੋਂ ਮੋੜਨਾ ਫਿਰ ਤਕੜੇ ਹੋ ਕੇ ਬੈਟਿੰਗ ਕਰਨੀ ਪੈਣੀ ਹੈ ਦੂਜੇ ਬੰਨੇ ਭੱਲਾ ਕਹਿੰਦਾ ਜੇ ਛੱਕਾ ਨਾ ਵਜਾ ਸਿੰਗਲ ਬਾਲਿੰਗ ਕਹਿੰਦਾ ਛੱਕੇ ਮੈਂ ਲਾਊਗਾ ਤੇ ਖੱਬੇ ਨੂੰ ਖੱਬਾ ਹੋ ਕੇ ਟੱਕਰੂਗਾ ਖੱਬੇ ਨੂੰ ਖੱਬਾ ਹੋ ਕੇ ਟੱਕਰੂਗਾ ਆਹ ਖੇਡਿਆ ਸ਼ਾਟ ਕਹਿੰਦੇ ਪੇਂਡੂ ਦਾ ਆ ਵੀ ਰਨ ਚਾਰ ਆ ਵੀ ਰਨ ਚਾਰ ਆ ਵੀ ਦੋ ਚੌਕੇ ਪੇਂਡੂ ਚੜ ਗਿਆ ਰਾਜਾ ਪੂਰਾ ਖੁਸ਼ ਹੈ ਰਾਜਾ ਪੂਰਾ ਖੁਸ਼ ਹੈ ਵੀ ਰਾਜੇ ਨੇ ਅੱਜ ਕਹਿੰਦੇ ਸਰਾ ਕਰਵਾ ਦਿੱਤਾ ਰਾਜੇ ਨੇ ਅੱਜ ਕਹਿੰਦੇ ਸਰਾ ਕਰਵਾ ਦਿੱਤਾ ਲੈ ਵੀ ਮਨੂ ਵੱਲੋਂ 100 ਰੁਪਏ ਦਾ ਮਾਣ ਆ ਰਾਜੇ ਲਈ ਜਾ ਕੇ ਲੈ ਜਾਵੇ ਮਨੂ ਵੱਲੋਂ 100 ਦੇ ਮਾਣ ਹੋਏ ਆ ਇੱਧਰ ਪਿੰਡੂ ਦਾ ਖੇਡਿਆ ਸ਼ਾਟ ਤੱਕ ਵੀ ਖੇਡਦੇ ਮੈਦਾਨ ਦੇ ਵਿੱਚ ਰਨ ਕਹਿੰਦੇ ਇੱਕ ਰਨ ਕਹਿੰਦੇ ਇੱਕ ਲੈ ਵੀ ਦੂਜੇ ਦੀ ਟਰਾਈ ਪਰ ਨਹੀਂ 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 ਭੱਲਾ ਕਹਿੰਦਾ ਮੈਂ ਛੱਕੇ ਮਾਰਨੇ ਆ ਰਹਿਣੀਆਂ ਤਿੰਨ ਵਾਲਾਂ ਕਹਿੰਦਾ ਉਹਨੂੰ ਮੈਂ ਛੱਕੇ ਮਾਰਨੇ ਆ ਲੈ ਵੀ ਭੱਲੇ 77 ਰਨ ਬਣ ਗਿਆ 77 ਜੇ ਦੋ ਛੱਕੇ ਤਿੰਨ ਚ ਮਾਰ ਗਿਆ ਟਾਰਗੇਟ 90 ਦਾ ਦੇਖਦੇ ਹਾਂ ਵੀ ਦੋ ਛੱਕੇ ਭੱਲਾ ਮਾਰ ਸਕਦਾ ਜੀ ਬਾਲਾਂ ਤਿੰਨ ਬਾਕੀ ਹੈ ਖੱਬੇ ਨੂੰ ਖੱਬਾ ਕਹਿੰਦੇ ਚੰਦਰੇ ਨੂੰ ਚੰਦਰਾ ਰਨ ਕਹਿੰਦੇ ਇੱਕ ਹੋਵੇਗਾ ਪੇਂਡੂ ਪੁੱਜ ਗਿਆ ਸਟ੍ਰਾਈਕ ਤੇ ਪੇਂਡੂ ਕਹਿੰਦੇ ਆਰਦ ਮੁੰਡਾ ਮਾਡਲ ਪੁੱਜ ਗਿਆ ਕਹਿੰਦੇ ਖੱਬਾ ਤਕੜੀਆਂ ਕਰ ਰਹੇ ਆ ਉੱਧਰ ਖੇਡਦੇ ਮੈਦਾਨ ਦੇ ਵਿੱਚ ਖੱਬਾ ਕਹਿੰਦੇ ਆਰਦ ਤਕੜੀਆਂ ਬਾਲਾਂ ਕਰ ਰਹੇ ਆ ਸ਼ੇਸ਼ੂ ਦਾ ਪਹਿਲਾ ਕੁਆਟਰ ਸਿਰੇ ਖੇਡਿਆ ਜਾ ਰਿਹਾ ਹੈ ਜਿੰਨੇ ਵੀ ਯਾਰ ਮਿੱਤਰ ਉੱਧਰ ਲਾਈਵ ਯੂਟਿਊਬ ਦੇ ਸਾਹਮਣਾ ਦਾ ਵੱਡਾ ਧੰਨਵਾਦ ਦੇ ਪੇਂਡੂ ਦਾ ਛੱਕਾ ਸ਼ੈਡ ਟੱਪ ਗਈ ਸ਼ੈਡ ਟੱਪ ਗਈ ਬਾਲ ਕਹਿੰਦੇ ਸ਼ੈਡ ਟੱਪ ਗਈ ਟੂਰਨਾਮੈਂਟ ਦਾ ਹੋ ਸਕਦਾ ਸਭ ਤੋਂ ਵੱਡਾ ਛੱਕਾ ਸਭ ਤੋਂ ਵੱਡਾ ਛੱਕਾ ਜਿੱਥੇ ਤੱਕ ਜ਼ਿਲ੍ਹਾ ਕ੍ਰਿਕਟ ਦੇ ਇਤਿਹਾਸ 'ਚ ਗੱਲ ਹੁੰਦੀ ਹੈ ਵੀ ਵੱਡਾ ਛੱਕਾ ਇੰਟਰਨੈਸ਼ਨਲ ਕ੍ਰਿਕਟ 'ਤੇ ਕਿਹੜੇ ਬੰਦੇ ਨੇ ਮਾਰਿਆ ਕੋਈ ਸੋਚਦਾ ਹੋਊਗਾ ਧੋਨੀ ਨੇ ਮਾਰਿਆ ਕੋਈ ਸੋਚਦਾ ਗਿੱਲ ਨੇ ਮਾਰਿਆ ਕੋਈ ਸੋਚਦਾ ਫਰੀਦੀ ਨੇ ਮਾਰਿਆ ਇੱਧਰ ਨਾਮਾ ਕਹਿੰਦਾ ਫਰੀਦੀ ਨੇ ਮਾਰਿਆ ਪਰ ਯੂਟਿਊਬ ਦੇ ਸਰਚ ਮਾਰੋ ਕਿ ਸਭ ਤੋਂ ਵੱਡਾ ਛੱਕਾ ਕਿਹੜੇ ਕ੍ਰਿਕਟ ਦੇ ਇਤਿਹਾਸ ਦਾ ਫਰੈਟਲੀ ਨੇ 143 ਮੀਟਰ ਲੰਬਾ ਛੱਕਾ ਮਾਰਿਆ ਫਰੈਟਲੀ ਦੇ ਨਾਮ ਆ 143 ਮੀਟਰ ਲੰਬਾ ਛੱਕਾ ਕਹਿੰਦੇ ਕ੍ਰਿਕਟ ਇਤਿਹਾਸ ਦਾ ਸਭ ਤੋਂ ਵੱਡਾ ਛੱਕਾ ਫਰੈਟਲੀ ਨੇ ਮਾਰਿਆ ਲੈ ਵੀ ਰਨ ਟਾਰਗੇਟ ਦੱਸ ਦਿਓ ਕਿੰਨਾ ਸੈੱਟ ਹੋ ਗਿਆ 86 ਦਾ ਟਾਰਗੇਟ ਹੈ ਜੀ 85 ਬਣ ਗਏ ਆ 86 ਦਾ ਟਾਰਗੇਟ ਹੈ ਲੈ ਵੀ ਪਿੰਡ ਵਾਲਿਆਂ ਨੇ ਅੱਜ ਗੱਲ ਕਹਿੰਦੇ ਉਹ ਕਰਕੇ ਦਿਖਾ ਦਈਏ ਜਿਹੜੀ ਕੇਐਸ ਮੱਖਣ ਕਹਿੰਦਾ ਹੁੰਦਾ ਵੀ 11 ਦੇ ਸਿਰਾਂ ਤੇ ਨਹੀਂ ਗੁੱਟੀਆਂ ਲੜਾਈਆਂ ਕਿ ਆਪਣੇ ਵੀ ਟੌੜਿਆਂ 'ਚ ਜਾਣ ਚਾਹੀਦੀ ਕਿ 11 ਦੇ ਸਿਰਾਂ ਤੇ ਨਹੀਂ ਗੁੱਟੀਆਂ ਲੜਾਈਆਂ ਕਿ ਆਪਣੇ ਵੀ ਟੌੜਿਆਂ 'ਚ ਜਾਣ ਚਾਹੀਦੀ ਇਹ ਪਿੰਡ ਵਾਲਿਆਂ ਨੇ ਗੱਲ ਕਹਿੰਦੇ ਵੱਖਰੀ ਕਰ ਦਿੱਤੀ ਹੈ ਲੈ ਵੀ ਘੋਖੀ ਕਹਿੰਦੇ ਸ਼ਾਹ ਪ੍ਰਧਾਨ ਕਿਤੇ ਵੀਰੇ ਫੀਲਡਿੰਗ ਲਈ ਪੁੱਜੇ ਭਾਰਸੋਂ ਦੀ ਟੀਮ ਲਈ ਅੰਕਿਤ ਖੰਨਾ ਕਿੱਥੇ ਵੀ ਵਾਸ ਹੁੰਦਾ ਫੀਲਡਿੰਗ 'ਤੇ ਅੱਜ ਵੀ ਅੰਕਿਤ ਖੰਨੇ ਵਾਲਾ ਫੀਲਡਿੰਗ 'ਤੇ ਅੱਜ ਵੀ ਭਾਈ ਉੱਥੇ ਬੈਠੇ ਹੋ ਨਾ ਤੁਸੀਂ ਉੱਥੇ ਆ ਕੇ ਉਹਨੂੰ ਪਾਣੀ ਕਹਿ ਦਈਏ
ਲੈ ਉਧਰ ਸ਼ਾਹਪੁਰ ਦੇ ਘੁੱਗੀ ਨੇ ਕਿਤੇ ਵਾਲ ਕਰਨੀਆਂ, ਘੁੱਗੀ ਐਕਸਪ੍ਰੈਸ ਨੇ ਵਾਲਾਂ ਕਰਨੀਆਂ, ਘੁੱਗੀ ਐਕਸਪ੍ਰੈਸ ਨੇ ਵਾਲਾਂ ਕਰਨੀਆਂ। ਟਿੱਕਰੀ ਆਪਦੇ ਕੱਪ ਦਾ ਮੁੰਡਾ ਕਿਤੇ ਪਲਸਰ ਜੇਤੂ ਹੈ, ਮੁੰਡਾ ਕਿਤੇ ਪਲਸਰ ਜੇਤੂ ਹੈ। ਲੈ ਵੀ ਪਾ ਫਿਰ ਘੁੱਗੀ ਵਾਲ, ਨੌਜਵਾਨਾਂ ਪਾ ਫਿਰ ਵਾਲ। ਘੁੱਗੀ ਨੇ ਕਹਿੰਦੇ ਬਾਲਾਂ ਕਰੀਆਂ, 86 ਦਾ ਟਾਰਗੇਟ ਉੱਪਰ 6 ਨੇ ਤੇ ਮੰਡੀ ਦੇ ਵਿੱਚ 86 ਰਨ ਕਹਿੰਦੇ ਚਾਲ ਓਵਰ ਕਹਿੰਦੇ ਆ, ਬਾਂਡਾ ਦਾ ਕਹਿੰਦੇ 10 ਨਾ ਬੰਡ ਕਿਉਂਕਿ ਵਿਕਟਾਂ ਦੇ ਮੈਚ ਹੁੰਦੀ ਆ। ਲਾਲਪੁਰ ਦਾ ਗਰੀ ਦੇ ਗੁਰਮਨ 2 ਬੰਦੇ ਆ ਜਿਹੜੇ ਰਨ ਕਰ ਸਕਦੇ ਆ, ਜੇ 2 ਆਊਟ ਹੋ ਗਏ ਤਾਂ ਮੈਚ ਕਹਿੰਦੇ 500 ਦਾ ਹੋ ਜਾਣਾ। ਦੋਵਾਂ 'ਚੋਂ ਇੱਕ ਵੀ ਖੜ ਗਿਆ, 6 ਓਵਰ 86 ਗੱਲ ਕਹਿੰਦੇ ਛੋਟੀ ਜਿਹੀ ਹੋ ਜਾਣੀ ਆ, ਆ ਗੱਲ ਕਹਿੰਦੇ ਛੋਟੀ ਜਿਹੀ ਹੋ ਜਾਣੀ ਆ। ਲੈ ਵੀ ਪੱਪੀ ਤੇ ਘੁੱਗੀ ਦੇ ਕਿਤੇ ਮੈਚ ਹੈ ਵੀ ਵਿਗੜਾ ਦੋਨੇ ਪਲੇਅਰਾਂ ਦੀਆਂ ਆਹ ਬੰਦਿਆਂ ਨੇ ਕੱਢਣੀਆਂ, ਵਿਗੜਾ ਦੋਨੇ ਪਲੇਅਰਾਂ ਦੀਆਂ ਆਹ ਬੰਦਿਆਂ ਨੇ ਕੱਢਣੀਆਂ। ਕੀ ਪਿੱਛੋਂ ਓਵਰ ਕਹਿੰਦੇ ਇੱਕ ਭੱਲੇ ਦਾ ਪਰਦਾ ਤੇ ਲਾਸਟ ਓਵਰ ਕਰੇਗਾ ਤਾਂ ਕੌਣ ਕਰੇਗਾ, 5 ਬਾਲਰ ਲੱਗਣੇ ਆ, 5 ਬਾਲਰ ਲੱਗਣੇ ਆ। ਲੱਖਾ ਬਾਲ ਕਰੇਗਾ, ਲੱਖੇ ਕਹਿੰਦੇ ਲੱਖੇ ਨੇ 5 ਬਾਲਰ ਕਰਨਾ। ਲੈ ਵੀ ਪਾਲ ਕਹਿੰਦੇ ਭਾਰ ਸਦਾ ਪੱਪੀ। ਇੱਧਰ ਅਗਰਵਾਲ ਦੀ ਟੀਮ ਵੀ ਪੁੱਜੀ ਆ, ਕਹਿੰਦੇ ਪਿੰਡਾ ਸੁੰਦਰ ਦੀ ਧਰਤੀ ਦਾ ਖੇਡੇਗਾ ਪਿੰਡੇ, ਉਹਨਾਂ ਨੇ ਪਿਛਲੇ ਸਾਲ ਕਹਿੰਦੇ ਪਹਿਲਾ ਨੰਬਰ ਪਾਇਆ ਧਰਤੀ ਦੇ, ਪਰ ਇਸ ਸਾਲ ਟੀਮ ਜਿਹੜੀ ਸੁੰਦਰ ਦੀ ਨਹੀਂ ਪੁੱਜੀ, ਟੀਮ ਜਿਹੜੀ ਸੁੰਦਰ ਦੀ ਨਹੀਂ ਪੁੱਜੀ। ਦੂਜਾ ਨੰਬਰ ਕਹਿੰਦੇ ਪੇਲਣੀ ਦੀ ਟੀਮ ਨੇ ਪਾਇਆ ਸੀ, ਦੂਜਾ ਨੰਬਰ ਕਹਿੰਦੇ ਪੇਲਣੀ ਦੀ ਟੀਮ ਨੇ ਰਿਸ਼ੀ ਧੂਰੀ ਵਾਲਾ, ਭਲਾ ਕੀ ਭੁੱਚੋ ਵਾਲਾ ਖੇਡਿਆ ਬਾਹਰੋਂ। ਤੇ ਉੱਧਰ ਕਹਿੰਦੇ ਪਹਿਲਾ ਨੰਬਰ ਸੁੰਦਰ ਨੇ ਪਾਇਆ ਸੋਨੂੰ ਪਟਿਆਲਾ, ਤੇ ਰਾਜਪੁਰੇ ਦੇ ਜਤਨ ਕਹਿੰਦੇ ਬੱਲੇ ਬੱਲੇ ਕਰਵਾਈ, ਤੇ ਜਤਨ ਨੇ ਕਹਿੰਦੇ ਆਹ ਗਰਾਊਂਡ ਵਿੱਚ ਆਪਣਾ ਨਾਮ ਹੈ ਜਿਹੜਾ ਕਿਤੇ ਆਲ ਪੰਜਾਬ ਦੇ ਵਿੱਚ ਆਲ ਦੁਨੀਆਂ ਦੇ ਵਿੱਚ ਕਹਿੰਦੇ ਵੱਡਾ ਕੀਤਾ। ਜਦੋਂ ਸੈਮੀ ਦੇ ਵਿੱਚ ਹੀਰਾਂ ਦੀ ਟੀਮ ਨੂੰ ਪੂਰੇ ਭੈਣੀ ਸਾਹਿਬ ਨੂੰ ਕਹਿੰਦੇ ਪਹਿਲੀਆਂ 3 ਤੇ 3 ਛੱਕੇ ਮਾਰੇ, ਤਾਂ ਦੁਨੀਆਂ ਦੇ ਵਿੱਚ ਨਾਮ ਹੋਇਆ ਵੀ ਰਾਜਪੁਰੇ ਦਾ ਜਤਨ ਵੀ ਕਹਿੰਦੇ ਐਨ ਦੇ ਨਾਮੀ ਪਲੇਅਰ ਹੈ। ਤੇ ਜਦ ਕਹਿੰਦੇ ਜਲਵੇੜੇ ਰਾਜਪੁਰੇ ਦੇ ਜਤਨ ਨੇ ਕਹਿੰਦੇ ਆਲਰੇਡੀ ਜਿੱਤੀ ਆ, ਤੇ ਅੱਜ ਕਿਤੇ ਸੁਪਰ ਸਟਾਰਾਂ 'ਚ ਨਾਮ ਲਿਖਾ ਗਿਆ। ਜਦੋਂ ਰਾਜਪੁਰੇ ਦਾ ਵੀ ਕਹਿੰਦੇ ਨਾਮ ਅੱਜ ਕੱਲ੍ਹ ਵੱਡਾ ਹੋ ਚੁੱਕਿਆ, ਪਿਛਲੇ ਸਾਲ ਜੇਤੂ ਟੀਮ ਦਾ ਹਿੱਸਾ ਬਣਿਆ, ਇਹ ਬਾਲਾਂ ਕਹਿੰਦੇ ਹੁਣ ਘੁੱਗੀ ਸ਼ਾਹਪੁਰ ਦਾ ਕਰੀਗਾ। ਉੱਧਰ ਐਨ ਦੇ ਨਾਮੀ ਵੱਲ ਪੁੱਛਿਆ ਪੰਜਾਬ ਦੀ ਕਾਸਬੇ ਦੇ, ਤੇ 5 ਮੋਟਰਸਾਈਕਲਾਂ ਦਾ ਜੇਤੂ ਕਹਿੰਦੇ 4 ਕਾਸਬੇ ਦੇ 1 ਲੈਦਰ ਦੇ ਜਿੱਤੇ, ਗੋਬਿੰਦਗੜ੍ਹ ਦਾ 34 ਕਹਿੰਦੇ ਮੋਟਰਸਾਈਕਲ ਕਹਿੰਦੇ ਆਬਾਦ ਦਾ ਸ਼ਾਹਪੁਰ ਦਾ ਘੁੱਗੀ ਪੁੱਜਿਆ ਹੋਇਆ। ਕਹਿੰਦੇ ਦਬਾਨ ਦੇ ਨਾਮ ਕਹਿੰਦੇ ਐਨ ਦੇ ਮਾਛਰੀ ਦੇ ਕੱਪ ਦਾ ਜਾਮਾ ਬੋਲਦਾ, ਉਹ ਵੀ ਕਹਿੰਦੇ ਮੋਟਰਸਾਈਕਲ ਜੇਤੂ ਪਲੇਅਰ ਪੁੱਜਿਆ। ਪਿੰਡਾਂ ਸੁੰਦਰ ਵਾਲਾ ਵੀ ਬਾਹਰੋਂ ਖੇਡਣ ਲਈ ਪੁੱਜਿਆ, ਐਨ ਦੇ ਨਾਮੀ ਪਲੇਅਰ ਆ ਫੌਜੀ ਗੋਬਿੰਦਗੜ੍ਹੀਆ ਵਰਗੇ ਪਲੇਅਰ ਜਿਹੜੇ ਪੁੱਜੇ ਹੋਏ ਆ। ਅਗਲੇ ਮੈਚ ਕਹਿੰਦੇ ਪੂਰੇ ਤਕੜੇ ਹੋਏ ਆ, ਅਗਲੇ ਮੈਚ ਦਾ ਸ਼ੁਰੂ ਮੈਚ ਕਹਿੰਦੇ ਸਾਧਾਂ ਦੇ ਭੇੜ ਕੇ ਕੁੰਡੀਆਂ ਦੇ ਸਿੰਘ ਫਸਰੀਆਂ ਗੱਲਾਂ ਹੋਣਗੀਆਂ। ਬਰਾੜੂ ਤੇ ਇਸਰੂ ਵੀਰੇ ਟਾਸ ਕਰ ਲਓ, ਬਰਾੜੂ ਤੇ ਇਸਰੂ ਦੀਆਂ ਟੀਮਾਂ ਟਾਸ ਕਰ ਲਓ। ਇੱਕ ਵੱਜ ਗਿਆ, 2 ਮਿੰਟ ਪਏ ਨੇ, 2 ਮਿੰਟ ਬੜੇ 25 ਕੁ ਮਿੰਟ ਦਾ ਮੈਚ ਚਰਨਾਥਲ ਤੇ ਅਮਲੋਵਾਲ ਵੀਰੇ ਟਾਸ ਕਰੋ ਅਗਲੇ ਮੈਚ ਲਈ, ਚਰਨਾਥਲ ਤੇ ਅਮਲੋਵਾਲ ਦੀਆਂ ਟੀਮਾਂ।
ਚਰਨਾਥਰ ਦੇ ਅਬਲੋਵਾਲ ਅਗਲੇ ਮੈਚ ਦੀ ਟਾਸ ਕਰ ਲਓ ਚਰਨਾਥਰ ਦੇ ਅਬਲੋਵਾਲ ਲੈ ਵੀ ਜੇ ਕਿਤੇ ਚਰਨਾਥਰ ਦਾ ਕੈਪਟਨ ਆ ਗਿਆ ਵੀਰੇ ਅਬਲੋਵਾਲ ਦਾ ਕੈਪਟਨ ਆ ਜਾਵੇ ਸੂਜੀ ਟਾਸ ਕਰੇ ਅਗਲਾ ਮੈਚ ਚਰਨਾਥਰ ਦੇ ਅਬਲੋਵਾਲ ਦਾ ਕੁਆਟਰ ਜਿਹੜਾ ਖੇਡਿਆ ਜਾਵੇਗਾ ਚਰਨਾਥਰ ਮਾਸਟਰ ਜੀ ਆ ਗਿਆ ਬੰਦਾ ਆਪਣਾ ਟਾਸ ਦੇ ਲਈ ਪਹੁੰਚ ਗਿਆ ਲੈ ਵੀ ਸੂਜੀ ਟਾਸ ਲਈ ਪੁੱਜੇ ਵੀਰੇ ਅਬਲੋਵਾਲ ਦਾ ਪਲੇਅਰ ਸੂਜੀ ਲੈ ਵੀ ਪਹਿਲਾ ਓਵਰ ਟੱਪੇ ਪ੍ਰਦਰਸ਼ ਕਰੇ ਸ਼ਾਹਪੁਰ ਦਾ ਘੁੱਗੀ ਲਾਵੇਗਾ ਗੁਰਮਤ ਤੇ ਗੱਗੀ ਦੀ ਜੋੜੀ ਪਹੁੰਚ ਗਈ ਹੈ ਤੇ ਆ ਜੋੜੀ ਦੇ ਕਹਿੰਦੇ ਪੂਰਾ ਮੈਚ ਹੈ ਆ ਜੋੜੀ ਦੇ ਕਹਿੰਦੇ ਪੂਰਾ ਮੈਚ ਹੈ ਲਾੜਪੁਰ ਦੇ ਗੱਗੀ ਨੂੰ ਦੁਨੀਆਂ ਜਾਣਦੀ ਹੈ ਵੀ ਡੌਲਿਆਂ ਦੇ ਜ਼ੋਰ ਦੇ ਛੱਕੇ ਮਾਰਦਾ ਹੈ ਡੌਲਿਆਂ ਦੇ ਜ਼ੋਰ ਦੇ ਛੱਕੇ ਮਾਰਦਾ ਕਿ ਸੋਨੂੰ ਪਟਿਆਲੇ ਵਾਲਾ ਕਹਿੰਦੇ ਪੌੜੀ ਨੂੰ ਸਿਰਾ ਕਰਾਉਂਦਾ ਹੈ ਕਿ ਲਾੜਪੁਰ ਦਾ ਗੱਗੀ ਛੱਕੇ ਟੌਲਿਆਂ ਦੇ ਜ਼ੋਰ ਤੇ ਲਾਉਂਦਾ ਹੈ ਕਿ ਲਾੜਪੁਰ ਦਾ ਗੱਗੀ ਛੱਕੇ ਟੌਲਿਆਂ ਦੇ ਜ਼ੋਰ ਤੇ ਲਾਉਂਦਾ ਹੈ ਇਹ ਮਰਾੜੂ ਪਿੰਡ ਦਾ ਚੋਣਾ ਛੱਕੇ ਕਹਿੰਦੇ ਟਾਈਮਿੰਗ ਦੇ ਨਾਲ ਮਾਰਦਾ ਪਰ ਆਲਰਾਊਂਡਰ ਲੱਭਣਾ ਔਖਾ ਕਹਿੰਦੇ ਯੋਟੀ ਗੋਬਿੰਦਗੜ੍ਹ ਦੇ ਨਾਲ ਦਾ ਯੋਟੀ ਕਹਿੰਦੇ ਗੋਬਿੰਦਗੜ੍ਹ ਦੇ ਨਾਲ ਦਾ ਲੈ ਵੀ ਪਾਲਾ ਕਹਿੰਦੇ ਸ਼ਾਹਪੁਰ ਦੇ ਘੁੱਗੀ ਦੀਆਂ ਦਰਸ਼ਕੀ ਰਿਓ ਪਾਲਾ ਕਹਿੰਦੇ ਸ਼ਾਹਪੁਰ ਦੇ ਘੁੱਗੀ ਦੀਆਂ ਸਾਹਮਣੇ ਐਣ ਤੋਂ ਕਹਿੰਦੇ ਲਾੜਪੁਰ ਦਾ ਗੱਗੀ ਹੈ ਲਾੜਪੁਰ ਦਾ ਗੱਗੀ ਹੈ ਤੇ ਟੱਕਰ ਵੀ ਕਹਿੰਦੇ ਤਕੜੀ ਆ ਟੱਕਰ ਵੀ ਕਿਤੇ ਤਕੜੀ ਆ ਲੈ ਵੀ ਗੱਗੀ ਅੱਜ ਪਤਾ ਲੱਗ ਜਾਣਾ ਡੌਲਿਆਂ ਦੇ ਜ਼ੋਰ ਦਾ ਪੱਟਾਂ ਦੇ ਜ਼ੋਰ ਦਾ ਕਹਿੰਦੇ ਕਬੱਡੀ ਵੀ ਖੇਡਦਾ ਰਿਹਾ ਲਾੜਪੁਰ ਦਾ ਗੱਗੀ ਕਹਿੰਦੇ ਤਕੜੇ ਜੱਫੇ ਲਾਇਆ ਤੇ ਬਾਲ ਕਹਿੰਦੇ ਉੱਧਰ ਘੁੱਗੀ ਦੀ ਆ ਗੱਗੀ ਹੈ ਆ ਗੱਗੀ ਹੈ ਰਨ ਕਹਿੰਦੇ ਚਾਰ ਹੈ ਰਨ ਕਹਿੰਦੇ ਚਾਰ ਹੈ ਲੈ ਵੀ ਘੁੱਗੀ ਬਾਲਾ ਤਕੜਾ ਹੋ ਕੇ ਬਾ ਬਾਲਾ ਤਕੜਾ ਹੋ ਕੇ ਬਾ ਕਿ ਫਿਰੇ ਥਾਪੀਆ ਕੰਧਾਂ ਨੂੰ ਐਵੇਂ ਮਾਰਦਾ ਪਤਾ ਲੱਗ ਜਾਣਾ ਤੋਲੇ ਹੋਏ ਭਾਰ ਦਾ ਜਦੋਂ ਟੱਕਰਿਆ ਭੈੜੇ ਪਰਿਵਾਰ ਦਾ ਕਿ ਕਿਤੇ ਵੀ ਨਹੀਂ ਜੀ ਲੱਗਦਾ ਤੇ ਘੋੜੀ ਘੋੜੀਆਂ 'ਚ ਵੇਖ ਲਈ ਭਜਾ ਕੇ ਕਿ ਘਰੇ ਪਤਾ ਕੀ ਲੱਗਦਾ ਕਿ ਘੋੜੀ ਘੋੜੀਆਂ 'ਚ ਵੇਖ ਲਈ ਭਜਾ ਕੇ ਘਰੇ ਪਤਾ ਕੀ ਲੱਗਦਾ ਬਾਲਕ ਦੀ ਦੌੜ ਹੈ ਬਾਲਕ ਦੀ ਦੌੜ ਹੋ ਗਈ ਟਾਸ ਲਾਸਟ ਬਹਿ ਜਾਓ ਹਾਂਜੀ ਰਨ ਚਾਰ ਜਾਂ ਛੇ ਪੈਰ ਸਾਹਿਬ ਦੱਸਿਓ ਹਾਂਜੀ ਪੈਰ ਸਾਹਿਬ ਛੇ ਦੀ ਰਨ ਕਹਿੰਦੇ ਛੇ ਰਨ ਕਹਿੰਦੇ ਛੇ ਤਿੰਨ ਵਾਲਾ 10 ਰਨ ਕਰ ਗਿਆ ਲਾੜਪੁਰ ਦਾ ਗੱਗੀ ਕਹਿੰਦੇ ਤਿੰਨ ਵਾਲਾ 10 ਰਨ ਕਰ ਗਿਆ ਲੈ ਵੀ ਵਿਕਟ ਕਹਿੰਦੇ 86 ਰਨ ਦੇ ਘੜਾ 85 ਨੇ ਭਾਈ ਸਾਰੇ ਹੀ ਪੱਕੇ ਆ ਜਿੱਥੇ ਕਹਿੰਦੇ ਹਰ ਬੈਟਸਮੈਨ ਛੱਕਾ ਮਾਰ ਰਹੇ ਆ ਤੇ ਆਪ ਵਿਕਟਾਂ ਦਾ ਘੁੱਗੀ ਕੱਢਣੀਆਂ ਪੈਣੀਆਂ ਮੈਚ ਜਿੱਤਣਾ ਤਾਂ ਦੋਵੇਂ ਬੰਦੇ ਆਊਟ ਕਰਨੇ ਪੈਣੇ ਆ ਵੀਰੇ ਅਬਲੋਵਾਲ ਦੀ ਟੀਮ ਨੂੰ ਟੌਸ ਲਈ 5 ਮਿੰਟ ਦਾ ਸਮਾਂ ਜੇ ਨਾ ਟੌਸ ਤੇ ਪੁੱਛੀ ਤਾਂ ਚਰਨਾਥਰ ਟੌਸ ਜਿੱਤੂ ਕੋਈ ਨਹੀਂ ਟੌਸ ਜੇ ਠੀਕ ਹੈ ਵੀਰੇ ਅਬਲੋਵਾਲ ਦਾ ਮੈਚ ਲਾਸਟ ਨਿਕਲਿਆ ਕਹਿੰਦੇ ਲਾਸਟ ਹੀ ਖੇਡਾਂਗੇ ਅਸੀਂ ਮਰਾੜੂ ਤੇ ਇਸਨੂੰ ਮਰਾੜੂ ਤੇ ਇਸਨੂੰ ਦਾ ਮੈਚ ਸੀ ਵੀਰੇ ਉਹ ਟੀਮਾਂ ਟਾਸ ਕਰ ਲਓ ਉੱਧਰ ਉਹ ਕਹਿੰਦੇ ਪਾਰਕਿਆਂ 'ਚ ਚੌਥਾ ਨਿਕਲਿਆ ਅਸੀਂ ਚੌਥਾ ਹੀ ਖੇਡਾਂਗੇ ਲੈ ਵੀ ਰਨ ਕਹਿੰਦੇ ਇੱਕ ਰਨ ਕਹਿੰਦੇ ਇੱਕ ਇਸਨੂੰ ਤੇ ਮਰਾੜੂ ਵੀਰੇ ਟਾਸ ਕਰੋ ਇਸਨੂੰ ਤੇ ਮਰਾੜੂ ਬਾਲ ਉੱਧਰ ਕਹਿੰਦੇ ਘੁੱਗੀ ਸ਼ਾਹਪੁਰ ਦੀ ਪੈਣ ਲੱਗੀ ਹੈ ਸਾਹਿਬ
ਕਿੰਨੇ ਆ ਗਏ ਉਸਤਾਦ ਤੈਨੂੰ ਸਕੋਰ ਕਿੰਨੇ ਹੋ ਗਏ ਵੀਰੇ? ਇੱਕ ਓਵਰ ਦਾ 12 ਸਕੋਰ ਸੀ, ਦੂਜਾ ਓਵਰ ਸਟਾਰਟ ਹੋ ਗਿਆ। ਹਾਂਜੀ ਰਨ ਦੱਸ ਦਿਓ ਵੀਰੇ, ਬਾਲਾਂ ਨਾਲੇ ਹੋਰ ਦੇ ਦਿਓ, ਗੁਰਮਨ ਕਹਿੰਦਾ ਬਾਲ ਹੋਰ ਦੇ ਦਿਓ। ਤਿੰਨ ਬਾਲਾਂ ਜੀ ਗਰਾਊਂਡ 'ਚ ਕਹਿੰਦੇ ਦਿੱਤੀਆਂ, ਤੁਹਾਨੂੰ ਚੈੱਕ ਕਰ ਲਓ, ਤਿੰਨ ਬਾਲਾਂ ਗਰਾਊਂਡ 'ਚ ਫੈਰਾਂ ਕੋਲ। ਹੋਰ ਦੇ ਦਿਓ ਜੀ, ਹੋਰ ਦੇ ਦਿਓ ਜੀ। ਸਕੋਰ ਕਿੰਨੇ ਬਣ ਗਏ ਵੀਰੇ? 17 ਹੋ ਚੁੱਕਿਆ ਜੀ ਕੁੱਲ ਸਕੋਰ, ਆਹ ਪਿਛਲਾ ਚੌਕਾ ਲਾ ਕੇ ਰਨ ਜਿਹੜੇ 17 ਬਣ ਗਏ ਹੈ। ਅਤੇ ਦੋਵੇਂ ਪਲੇਅਰ ਕਹਿੰਦੇ ਡਟੇ ਹੋਏ ਆ, ਲਾਰਬਰ ਦਾ ਖੱਗੀ ਹੈ, ਨਾਲ ਕਹਿੰਦੇ ਦੂਜੇ ਬੰਨੇ ਗੁਰਮਨ ਹੈ ਸਾਂਬਰੀ ਦਾ, ਦੋਵੇਂ ਬੱਲੇਬਾਜ਼ ਕਹਿੰਦੇ ਡਟੇ ਹੋਏ ਆ। ਅਤੇ ਵਿਕਟਾਂ 'ਤੇ ਮੈਚ ਹੈ, ਵਿਕਟਾਂ 'ਤੇ ਮੈਚ ਹੈ। ਪੱਬੀ ਬਾਈ ਚੱਕਰ ਕੀ ਹੈ, ਫੀਲਡਿੰਗ ਲਾ ਲਓ ਆਪਾਂ, ਫੀਲਡਿੰਗ ਲਾ ਲਓ, ਗਿਆ ਫੀਲਡਿੰਗ ਜਿਹੜੀ ਸੈੱਟ ਕਰ ਲਓ, ਫੀਲਡਿੰਗ ਜਿਹੜੀ ਸੈੱਟ ਕਰ ਲਓ। ਆ ਬਾਲ ਸਾਂਭ ਲਿਓ ਵੀਰੇ, ਬਾਲ ਜਿਹੜੀ ਸਾਂਭ ਲਿਓ। ਉੱਧਰ ਮੋਹੀ ਦਾ ਵੀ ਧੰਨਵਾਦ ਹੈ ਵੀ ਯੂਟਿਊਬ ਦੀ ਕਾਸਟ ਮੇਰੀ ਜਿੱਤ। ਅਤੇ ਇਹ 500 ਦਾ ਟੂਰਨਾਮੈਂਟ ਕਹਿੰਦੇ ਆਣ ਤੋਂ ਬੱਲੇ ਬਾਈ ਹੋਣੀ, ਨਾਲ ਕਹਿੰਦੇ ਸੰਜੂ ਹੋਣੀ, ਗੀਲੀ ਹੋਣੀ, ਸਾਰੇ ਵੀਰ ਨਾਲ ਮਿਲ ਕੇ ਪੱਪੀ ਹੋਣੀ ਜਿਹੜਾ ਕਰਵਾ ਰਹੇ ਆ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਜਿਹਨਾਂ ਨੇ 1-1 ਰੁਪਏ ਤੋਂ ਹਜ਼ਾਰਾਂ ਦੇ ਯੋਗਦਾਨ ਪਾਏ ਆ। ਕਿਉਂਕਿ ਪੈਸਾ ਦੁਨੀਆ ਕੋਲ ਆ, ਪਰ ਲਾਉਂਦਾ ਕੋਈ ਹੈ, ਟੀਮਾਂ ਸਾਰੀਆਂ ਖੇਡਣੀਆਂ ਫਿਰ ਟੂਰਨਾਮੈਂਟ ਕਹਿੰਦੇ ਕਰਾਉਂਦਾ ਕੋਈ ਹੈ। ਸੰਜੂ ਕੁੰਡਰ ਵੱਲੋਂ ਬੰਟੀ ਨੂੰ ਵੀ ਕਹਿੰਦੇ ਸਕੂਟਰ ਦਿੱਤਾ ਜਾਣਾ, ਬੰਟੀ ਨੂੰ ਵੀ ਕਹਿੰਦੇ ਸਕੂਟਰ ਦਿੱਤਾ ਜਾਣਾ, ਵੱਡੇ ਮਾਣ ਸਨਮਾਨ ਕਹਿੰਦੇ ਭਵਾਨੀਗੜ੍ਹ ਦੇ ਬੰਟੀ ਦੇ। ਅੱਜ ਕਹਿੰਦੇ ਸੰਜੂ ਕੁੰਡਰ ਵਾਲਾ ਆਣ ਤੋਂ ਸਕੂਟਰ ਨਾਲ ਕਹਿੰਦੇ ਵੱਡਾ ਸਨਮਾਨ ਕਰ ਰਹੇ ਆ। ਲਵੀ ਪਾਲ ਕਹਿੰਦੇ ਭਾਰ ਸੁਖਣ ਦਾ ਪੱਪੀ ਹੈ, ਅਤੇ ਸਾਹਮਣੇ ਦੇਖੋ ਵੀ ਲਾੜਪੁਰ ਦਾ ਗੱਗੀ ਹੈ, ਲਵੀ ਗੱਗੀ ਛੱਕੇ ਮਾਰ ਰਹੇ ਦੇ ਪੱਪੀ ਟੰਡੇ ਆਹ ਮੁੰਡੇ ਦੇ ਪੱਟ ਦੇ ਕਹਿੰਦੇ ਕੁੱਕਾਂ ਵੱਜਣੀਆਂ, ਕਹਿੰਦੇ ਕੁੱਕਾਂ ਵੱਜਣੀਆਂ। ਪਰ ਲਾੜਪੁਰ ਦਾ ਗੱਗੀ ਵੀ ਕਹਿੰਦਾ ਹੱਟ ਪਿੱਛੇ, ਹੱਟ ਪਿੱਛੇ, ਹੱਟ ਪਿੱਛੇ ਤੇਰੇ ਜੇ ਵੀ ਫਿਰਦੇ, ਮੈਂ ਤਾਂ ਬੱਲੇ ਨਾਲ ਦੁਨੀਆਂ ਨਚਾਈ ਹੈ, ਮੈਂ ਤਾਂ ਬੱਲੇ ਨਾਲ ਦੁਨੀਆਂ ਨਚਾਈ ਹੈ। ਲੈ ਵੀ ਪੱਪੀ ਕਿੱਲਾ ਪੱਟਣਾ ਪੈਣਾ, ਤਕੜਾ ਹੋ ਜਾ, ਤਕੜਾ ਹੋ ਜਾ, ਡੰਡੇ ਪੱਟ ਦੇ, ਕੁੱਕਾਂ ਬਹਿਣੀਆਂ, ਲਲਕਰੇ ਬਹਿਣੇ ਆ, ਇੱਧਰ ਭਾਰਸੋਂ ਦੇ ਦਰਸ਼ੀਆਂ ਤੋਂ ਕੇ ਬਹਿਣੇ ਆ। ਲੈ ਵੀ ਪੱਪੀ ਦੀ ਬਾਲ, ਲਾੜ ਫਿਰਦਾ ਗੱਗੀ, ਗੱਗੀ ਛੱਕਾ ਵੇਖੋ ਵੱਡੇ ਮਾਰ ਰਹੇ ਆ, ਛੱਕੇ ਦੇਖੋ ਮੁੰਡਾ ਵੱਡੇ ਮਾਰ ਰਹੇ ਆ। ਜਿੱਥੇ ਕਹਿੰਦੇ ਕੱਲ੍ਹ ਗੱਗੀ ਆਊਟ ਹੋ ਗਿਆ, ਗੁਰਮਨ ਇਕੱਲਾ ਹੀ ਛੱਕੇ ਮਾਰ ਗਿਆ, ਪਰ ਅੱਜ ਗੱਗੀ ਕਹਿੰਦੇ ਪੂਰੇ ਰੰਗ 'ਚ ਹੈ, ਅੱਜ ਗੱਗੀ ਕਹਿੰਦੇ ਪੂਰੇ ਰੰਗ 'ਚ ਹੈ। ਦੁਨੀਆ ਮੰਨਦੀ ਹੈ ਵੀ ਬੰਦਾ ਟੌਲਿਆਂ ਦੀ ਜ਼ੋਰ 'ਤੇ ਛੱਕੇ ਮਾਰਦਾ, ਹਾਂ ਟੌਲਿਆਂ ਦੀ ਜ਼ੋਰ 'ਤੇ ਛੱਕੇ ਮਾਰਦਾ,
ਪੂਰਾ ਫਿੱਟ ਕਹਿੰਦੇ ਸਰੀਰ ਹੈ ਨੌਜਵਾਨ ਦਾ, ਧਿਆਨ ਦੇ ਵਿੱਚ ਦੁਨੀਆਂ ਫੈਨ ਕਰ ਰਿਹਾ, ਅੱਜ ਕਹਿੰਦੇ ਮੁੰਡਾ ਦੁਨੀਆਂ ਫੈਨ ਕਰ ਰਿਹਾ। ਬਾਲ ਉੱਧਰ ਫਿਰ ਤੋਂ ਭਾਰਸੋ ਦਾ ਪੱਪੀ ਸਟਰਾਈਕ ਦੇ ਗੱਗੀ ਭੰਗੜਾ ਵਹਿੰਦਾ, ਆਹ ਥਾਪੀਆਂ ਵਹਿੰਦੀਆਂ, ਆਹ ਭੰਗੜਾ ਵਹਿੰਦਾ, ਆਹ ਥਾਪੀਆਂ ਵਹਿੰਦੀਆਂ, ਆਹ ਥਾਪੀਆਂ ਵਹਿੰਦੀਆਂ। ਤੇ ਸਵਾਦ ਦੇਖਿਓ ਨਾ ਮੈਚ ਦਾ ਕਿੰਨਾ ਵਾਲਾ, ਸਵਾਦ ਦੇਖਿਓ ਮੈਚ ਦਾ ਕਿੰਨਾ ਵਾਲਾ। ਜੇ ਭਾਂਬਰੀ ਜਿਹੜੀ ਉਹ ਛੱਕਾਂ ਮਾਰੇਗੀ ਇੱਧਰੋਂ ਵੀ ਕਹਿੰਦੇ ਕੁੱਕਾਂ ਪੈਣੀਆਂ, ਤੇ ਜੇ ਵਿਗੜਾ ਪੱਟੀਆਂ ਗਈਆਂ ਇੱਧਰੋਂ ਵੀ ਕੁੱਕਾਂ ਪੈਣੀਆਂ। ਭਾਰਸੋ ਵੱਲੋਂ ਸਵਾਦ ਸਵਾਦ ਜਿਹੜੇ ਵੱਜਿਆ ਜਾਣਾ, ਐਨ ਤੋਂ ਭਾਰਸੋ ਦੇ ਕੱਪ ਦੇ ਪਹਿਲੇ ਕੁਆਟਰ ਦਾ ਸਵਾਦ ਵੱਜਿਆ ਜਾਣਾ। ਲੈ ਵੀ ਦੋ ਓਵਰ ਰਨ ਦੱਸੇ ਫਿਰ 27, ਦੋ ਓਵਰ 27। ਲੈ ਵੀ ਗੁਰਮਨ ਤਕੜਾ ਹੋ ਜਾ ਫਿਰ, ਗੁਰਮਨ ਤਕੜਾ ਹੋ ਜਾ, ਤੇਰੇ ਤੇ ਮੈਚ ਆ, ਤੇਰੇ ਤੇ ਮੈਚ ਆ ਨੌਜਵਾਨਾ, ਤੇਰੇ ਤੇ ਮੈਚ ਆ। ਛੱਕੇ ਪਾਸ ਮਾਰਨੇ ਆ ਬਾਲਾਂ ਜੇ 24 ਪਈਆਂ, ਛੱਕੇ ਪਾਸ ਮਾਰਨੇ ਆ ਬਾਲਾਂ ਜੇ 24 ਪਈਆਂ। ਹੁਣ ਸ਼ਾਹਪੁਰ ਦੇ ਘੁੱਗੀ ਦੇ ਓਵਰ ਦੇ ਮੈਚ ਆ, ਜਿਹਦਾ ਗੁਰਮਨ ਦੀ ਵਿਕਟ ਕੱਟ ਗਿਆ ਤਾਂ ਕੱਟ ਗਿਆ, ਕਿਉਂਕਿ ਇਹਦੇ ਖੱਬਾ ਬੈਠਾ ਹੈ, ਖੱਬਾ ਬੈਠਾ ਹੈ। ਖੱਬਾ ਕਹਿੰਦੇ ਜਦੋਂ ਸਾਬਰ ਨੂੰ ਖੱਬੇ ਨੂੰ ਖੱਬਾ ਟੱਕਰੂ ਤਾਂ ਛੱਕੇ ਕਹਿੰਦੇ ਐਨ ਤੋਂ ਸਟੇਜ 'ਤੇ ਬਹਿਣੇ ਆ, ਵੀ ਗੁਰਮਨ ਸਿਆ ਵਿਕਟ ਬਚਾਉਣੀ ਆ ਆ ਓਵਰ, ਅਤੇ ਘੁੱਗੀ ਡੰਡੇ ਆ ਓਵਰ ਗੁਰਮਨ ਦੇ ਤੋਂ ਵੱਟਣੇ ਆ, ਡੰਡੇ ਆ ਓਵਰ ਗੁਰਮਨ ਨੇ ਗੁਰਮਨ ਦੇ ਤੋਂ ਵੱਟਣੇ ਆ। ਪੱਪੀ ਕੰਮ ਆਪਣਾ ਕਰ ਗਿਆ, ਪੱਪੀ ਕੰਮ ਆਪਣਾ ਕਰ ਗਿਆ, ਅਤੇ ਹੁਣ ਮੈਚ ਕਹਿੰਦੇ ਆ ਓਵਰ ਦਰਸ਼ਕੋ ਮੈਚ ਦਾ ਗੁਰਮਨ ਬਾਂਬਰੀ, ਗੁਰਮਨ ਬਾਂਬਰੀ। ਮੈਚ ਦਾ ਟਰਨਿੰਗ ਪੁਆਇੰਟ ਓਵਰ ਹੈ, ਓਵਰ ਤੇ ਸਾਰਾ ਮੈਚ ਹੈ, ਓਵਰ ਤੇ ਸਾਰਾ ਮੈਚ ਹੈ। ਜੇ ਤੋਂ ਬਾਅਦ ਤਿੰਨ ਬੋਲਰ ਕਹਿੰਦੇ ਇੱਕ ਓਵਰ ਭੱਲੇ ਦਾ, ਇੱਕ ਓਵਰ ਸਾਬਰ ਦਾ, ਤੇ ਦੋਵੇਂ ਖੱਬਿਆਂ ਦੇ ਓਵਰਾਂ ਵਾਸਤੇ ਖੱਬੇ ਨੂੰ ਬੈਟਿੰਗ ਨਹੀਂ ਭੇਜਿਆ, ਖੱਬਾ ਰੋਕ ਲਿਆ ਵੀ ਦੋ ਓਵਰ ਖੱਬਿਆਂ ਦੇ ਆਉਣੇ ਆ। ਵੀ ਗੁਰਮਨ ਭਾਂਬਰੀ ਵਾਲਾ ਵੀ ਦਿਮਾਗ ਦੀ ਖੇਡ, ਬਾਲਾਂ ਰੋਕ ਰਿਹਾ, ਬਾਲਾਂ ਰੋਕ ਰਿਹਾ, ਵੀ ਘੁੱਗੀ ਨੂੰ ਵਿਕਟ ਦੇਣੀ ਨਹੀਂ, ਕਹਿੰਦਾ ਘੁੱਗੀ ਨੂੰ ਵਿਕਟ ਦੇਣੀ ਨਹੀਂ। ਵੀ ਘੁੱਗੀ ਜੇ ਵਿਕਟ ਨਿਕਲਦੀ ਫਿਰ ਡੌਟਾਲਾ, ਫਿਰ ਡੌਟਾਲਾ ਦੇ ਲਾਡ ਦੇ ਬਾਲਾਂ ਨੂੰ 15-15 ਵੀਹ ਵੀ ਛੱਡ ਕੇ ਜਾ, ਤਾਂ ਮੈਚ ਬਣੂਗਾ, ਤਾਂ ਮੈਚ ਬਣੂਗਾ। 15 ਦੀ ਰਨ ਰੇਟ ਦੇ ਨਾਲ ਰਨ ਜਿਹੜੇ ਬਾਕੀ ਹੈ, 15 ਦੇ ਨਾਲ ਰੇਟ ਨਾਲ ਰਨ ਜਿਹੜੇ ਬਾਕੀ ਹੈ। ਘੁੱਗੀ ਦੀ ਵਾਲ, ਸਿਰੇ ਦੀ ਵਾਲ, ਸਿਰੇ ਦੀ ਵਾਲ ਆ, ਇਹ ਮੁੰਡਾ ਕਹਿੰਦੇ ਅੱਤ ਕਰਾਈ ਜਾਂਦਾ, ਇਹ ਗੱਭਰੂ ਕਹਿੰਦੇ ਡੌਟ ਲਾਈ ਜਾਂਦਾ, ਗੱਭਰੂ ਕਹਿੰਦੇ ਡੌਟ ਲਾਈ ਜਾਂਦਾ। ਬੈਟਸਮੈਨ ਦਾ ਨਾਂ ਦੱਸ ਦਿਓ ਭਾਬੀ ਵਾਲੇ ਕੀ ਹੈ, ਗੁਰੀ ਫੇਰ ਟੌਪ ਦੀ ਵਾਲ ਉੱਧਰ ਲਾਡੀ ਦੀ ਸੋਹਣੀ ਫੇਲਡ, ਤੇ ਗੁਰੀ ਨੂੰ ਕਹਿੰਦੇ ਡੌਟਾ ਲਾ ਰਿਹਾ। ਸ਼ਾਬਰ ਦਾ ਘੁੱਗੀ ਦੇ ਵਿਗੜ ਦਾ ਪਤਨ ਹੋ ਗਿਆ, ਵਿਗੜ ਦਾ ਪਤਨ ਹੋ ਗਿਆ, ਤੇ ਹੁਣ ਖੱਬਾ ਦੇਵੇਗਾ ਜਾਂ ਫਿਰ ਕੋਈ ਨਾਈਟ ਵਾਚਮੈਨ ਹੋਰ ਜਾਵੇਗਾ। ਬਾਲਾ ਘੁੱਗੀ ਦੀਆਂ ਬਾਕੀ ਹੈ, ਬਾਲਾ ਘੁੱਗੀ ਦੀਆਂ ਬਾਕੀ ਹੈ, ਕਿਹੜਾ ਪਲੇਅਰ ਪੁੱਛੇਗਾ। ਐਨ ਤਾਂ ਕਹਿੰਦੇ ਨਾਈਟ ਵਾਚਮੈਨ ਹੀ ਭੇਜਿਆ, ਵੀ ਖੱਬੇ ਨੂੰ ਸਾਂਭੀ ਬੈਠੇ ਆ, ਖੱਬੇ ਨੂੰ ਕਹਿੰਦੇ ਸਾਂਭੀ ਬੈਠੇ ਆ, ਵੀ ਖੱਬਾ ਸਾਬਰ ਅੱਗੇ ਲਾਉਣਾ, ਖੱਬਾ ਕਹਿੰਦੇ ਐਨ ਤੋਂ ਲਾਉਣਾ ਭੱਲੇ ਦੇ ਅੱਗੇ ਲਾਉਣਾ, ਖੱਬੇ ਨੂੰ ਕਹਿੰਦੇ ਰੋਕੀ ਬੈਠੇ ਆ, ਵੀ ਖੱਬਾ ਵੀ ਛੱਕੇ ਵੱਡੇ ਮਾਰਦਾ ਭਾਂਬਰੀ ਵਾਲਾ, ਤੇ ਖੱਬੇ ਨੂੰ ਰੋਕੀ ਬੈਠੇ ਆ। ਇੱਕ ਤਰ੍ਹਾਂ ਜਿੱਦਾਂ ਟੈਸਟ ਮੈਚ ਦੀਆਂ ਟੀਮਾਂ ਨਾਈਟ ਵਾਚਮੈਨ ਭੇਜ ਦਿੰਦੀਆਂ, ਕਹਿੰਦੇ ਬੰਦਾ ਤੋੜ ਦਿੰਦਾ,
ਆਪਦੇ ਸਰਦਾਰ ਦੌੜ ਦਿੱਤਾ ਵੀ ਕੁਗੀਰੀਆਂ ਵਾਲਾਂ ਦੇ ਆਊਟ ਹੋ ਗਿਆ, ਕੋਈ ਗੱਲ ਨਹੀਂ ਆਊਟ ਹੋ ਗਿਆ ਤਾਂ ਕੋਈ ਗੱਲ ਨਹੀਂ, ਛੱਕਾ ਮਾਰ ਗਿਆ ਤਾਂ ਬੋਨਸ ਹੋਵੇਗਾ, ਛੱਕਾ ਮਾਰ ਗਿਆ ਤਾਂ ਬੋਨਸ ਹੋਵੇਗਾ। ਸਰਦਾਰ ਨੇ ਸਰਦਾਰ ਦੀ ਟੱਕਰ ਕਹਿੰਦੇ ਸਰਦਾਰ ਨਾਲ ਹੋਣ ਲੱਗੀ ਹੈ, ਜਦ ਲੋਹਾ ਕਰਦਾ ਲੋਹੇ ਨੂੰ ਭਾਂਪੜਾ ਦੇਖੇ ਲਿਆ, ਉਸ ਲਈ ਜਿੱਤੂ ਵੀ ਕੋਈ ਬੁੱਲ ਨਹੀਂ ਪੈਂਦਾ ਫੋਕੇ ਲਲਕਾਰੇ ਦਾ, ਕੋਈ ਬੁੱਲ ਨਹੀਂ ਪੈਂਦਾ ਹਾਰੇ ਦਾ, ਲੈ ਵੀ ਸਰਦਾਰਾ ਛੱਕਾ ਮਾਰਨਾ ਬਹਿਣਾ, ਗੁਰੂ ਬਿਨਾਂ ਯੋਧਿਆ ਗਿਆਨ ਹੁੰਦਾ ਨਾ ਕਿ ਮਿਹਨਤਾਂ ਦੇ ਬਿਨਾਂ ਕੋਈ ਮਹਾਨ ਹੁੰਦਾ ਨਾ, ਕਿ ਅੱਜ ਨਾ ਬਣੇ ਤੇ ਯਾਰ ਕੱਲ ਨਾ ਬਣੇ, ਕਿਤਾਬ ਵਿੱਚ ਸਿੱਖੇ ਬਿਨਾਂ ਗੱਲ ਨਾ ਬਣੇ, ਪਰ ਆ ਚੌਕਾ ਆ ਕਹਿੰਦੇ ਮੰਡੀ ਦੇ ਵਿੱਚ ਜੱਜਮੈਂਟ ਕਰਨੀ ਪੈਂਦੀ ਆ ਤਾਂ ਜੋ ਕਿ ਰੁਕਦੇ ਆ, ਬਾਲਾਂ ਦੀ ਜੱਜਮੈਂਟ ਕਰਨੀ ਪੈਂਦੀ ਆ ਤਾਂ ਜੋ ਕਿ ਰੁਕਦੇ ਆ। ਰਨ ਕਹਿੰਦੇ ਮੁੰਡਾ ਚਾਰ ਚੜ ਗਿਆ, ਤਿੰਨ ਓਵਰ ਰਨ ਦੱਸੋ ਜੀ ਕਿੰਨੇ ਆ, 18 ਵਾਲਾ 50 ਰਨ ਕਹਿੰਦੇ ਅੱਠ ਛੱਕੇ ਬਾਕੀ ਹੈ, ਵਿਜੇ ਸਾਰੇ ਜਣੇ ਸਬਸਕ੍ਰਾਈਬ ਕਰ ਦਿਓ ਆਪਣਾ ਚੈਨਲ। ਲੈ ਵੀ ਪਾਬਲੂ ਦੂਜੇ ਐਂਡ ਤੇ, ਤੇ ਆਏ ਗੁਰਮਨ ਭਾਂਬਰੀ ਵਾਲਾ, ਆਏ ਗੁਰਮਨ ਭਾਂਬਰੀ ਵਾਲਾ ਕਹਿੰਦੇ ਫੁੱਗੇ ਦੇ ਕੱਪ ਦੇ ਵੀ ਦੁਨੀਆਂ ਫੈਨ ਕਰਦੀ, ਸੱਤੂ ਵਰਗਿਆਂ ਦੇ ਛੱਕੇ ਮਾਰ ਗਿਆ ਕਹਿੰਦੇ ਮੁੰਡਾ ਫੈਨ ਕਰ ਗਿਆ, ਫੁੱਗੇ ਦੇ ਕੱਪ ਦੇ ਦੁਨੀਆਂ ਦੇ ਵਿੱਚ ਭਾਰਸੋ ਦੇ ਕੱਪ ਦੇ ਦੁਨੀਆਂ ਫੈਨ ਕਰ ਰਹੇ ਆ, ਇਹਦੇ ਟਾਰਗੇਟ ਹੈਗਾ 86 ਦਾ ਪਤਾ ਨਹੀਂ 87 ਦਾ ਜੀ, 17 ਬਾਈ ਮਜ਼ਾੜੂ ਦਾ ਅਗਲਾ ਮੈਚ ਆ, ਮਜ਼ਾੜੂ ਦਾ 47 ਬਾਕੀ ਹੈ, ਤੇ ਆ ਬੰਦੇ ਦਾ ਕਿਲਾ ਪਟਣਾ ਸਾਬਰਾ, ਆ ਬੰਦੇ ਦਾ ਕਿਲਾ ਪਟਣਾ, ਗੁਰਮਨ ਕਹਿੰਦਾ ਹੱਟ ਹਵਾ ਚ ਪਾਏ ਮੇਰੀ ਖਿਲਰ ਗਈ ਭਾਨ, ਖਿਲਰ ਗਈ ਭਾਨ, ਰਨ ਚਾਰ ਹੈ ਕੈਚ ਛੱਡਿਆ, ਰਨ ਕਿਤੇ ਚਾਰ, ਆ ਬੰਦੇ ਦੀ ਵਿਗੜ ਤੇ ਪੂਰਾ ਮੈਚ ਆ ਜਾਂਦਾ, ਆ ਬੰਦੇ ਦੀ ਵਿਗੜ ਤੇ ਪੂਰਾ ਮੈਚ ਆ ਜਾਂਦਾ, 16 ਵਾਲਾ 40 ਹੈ, 16 ਵਾਲਾ 40 ਬਾਕੀ ਹੈ, ਛੱਕੇ ਕਹਿੰਦੇ 6 ਕੀ ਰਹਿ ਗਈ, ਗੁਰਮਨ ਦਾ ਕਿਲਾ ਪੱਟਦਾ ਸੀ, ਭਾਰਸੋ ਦੇ ਸਾਬਰ ਨੇ ਕਿਲਾ ਕਹਿੰਦੇ ਪੱਟਦਾ ਸੀ, ਲੈ ਵੀ ਗੁਰਮਨ ਇੱਕ ਵਾਰੀ ਫੇਰ ਕਹਿੰਦੇ ਕਾਲੇ ਰੰਗ ਦਾ ਯਾਰਾਂ ਚ ਪੂਰਾ ਕਰਮਾ ਵਾਲਾ, ਕਾਲੇ ਕਹਿੰਦੇ ਕਰਮਾ ਵਾਲੇ ਬਣੇ ਜਾਂਦੇ ਆ, ਅੱਜ ਕਹਿੰਦੇ ਪੂਰਾ ਕਰਮਾ ਵਾਲਾ, ਲੈ ਵੀ ਦਿਲਾਂ ਛੱਡੀ ਸਾਬਰਾ ਕਿ ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ, ਹੌਸਲੇ ਬਣਾ ਕੇ ਤੁਸੀਂ ਪੰਪ ਰੱਖਿਓ, ਜ਼ਰੂਰ ਜਾਰੀ ਜੰਗ ਰੱਖਿਓ, ਜਿੱਤਾਂ ਵੀ ਜ਼ਰੂਰ ਜਾਰੀ ਜੰਗ ਰੱਖਿਓ, ਉੱਧਰ ਗੁਰਮਨ ਕਹਿੰਦਾ ਜਿੱਤਣ ਨਹੀਂ ਦੇਣੇ, ਅੱਜ ਕਹਿੰਦਾ ਜਿੱਤਣ ਨਹੀਂ ਦੇਣੇ, ਤਕੜਾ ਹੋ ਕੇ ਬੈਟਿੰਗ ਕਰਨੀ ਆ, ਲੈ ਵੀ ਤਕੜੀ ਟੱਕਰ ਹੈ, ਤੇ ਗੁਰਮਨ ਦੀ ਕਹਿੰਦੇ ਦਿਮਾਗ ਦੀ ਖੇਡ, ਸਿੰਗਲ ਬਾਲ ਦੀ ਸ਼ੀ, ਪਰ ਬਾਲ ਜਿਹੜੀ ਸਿੰਗਲ ਨਹੀਂ ਹੋਇਆ, ਸਿੰਗਲ ਜਿਹੜਾ ਨਹੀਂ ਹੋਇਆ, ਕਿਉਂਕਿ ਚੌਕਾ ਛੱਕਾ ਮਾਰ ਦਿੱਤਾ ਸਾਬਰ ਦੇ ਓਵਰ ਦੇ ਰਨ, ਕਹਿੰਦਾ 2 ਬਾਲਾਂ ਘੱਟ ਗਿਆ, 3 ਬਾਲਾਂ ਸਾਬਰ ਦੀਆਂ ਬਾਕੀ ਹੈ, ਬਾਲਾ 15 ਦੇ ਰਨ 40 ਬਾਕੀ, 15 ਦੇ 40 ਰਹਿ ਗਏ, 36 14 ਵਾਲਾ 36 ਬਾਈ, 14 ਬੋਲਾਂ 36 ਰਨ ਰਹਿ ਗਏ, ਭਾਂਬਰੀ ਅੱਜ ਕਹਿੰਦੇ ਬੱਲੇ ਬੱਲੇ ਕਰਵਾਈ ਜਾਂਦਾ ਮੁੰਡਾ, ਚੌਕੇ ਛੱਕੇ ਲਾਈ ਜਾਂਦਾ ਬੱਲੇ ਬੱਲੇ ਕਰਵਾਈ ਜਾਂਦਾ, ਮੁੰਡਾ ਚੌਕੇ ਅੱਗੇ ਲਾਈ ਜਾਂਦਾ ਕਿਤੇ ਬੱਲੇ ਬੱਲੇ ਕਰਵਾਈ ਜਾਂਦਾ, ਲੈ ਭਾਰਸੋ ਰਿਹਾ ਸਭ ਤਕੜਾ ਹੋ ਜਾ, ਆਪ ਬੰਦੇ ਦੀ ਵਿਗੜ ਚੁੱਕਾ ਬਹਿਣੀਆਂ ਬਹਿਣੀਆਂ
ਉਸਕਾ ਬਣਿਆ ਫਿਰ ਟੌਟ ਵਾਲ ਹੈ, ਟੌਟ ਵਾਲ ਹੈ, ਵਾਈਡ ਹੈ ਜੀ, ਵਾਈਡ ਹੋ ਗਈ ਹੈ, ਵਾਈਡ ਹੋ ਗਈ ਹੈ, 35 ਬਾਕੀ ਹੈ ਵੀਰੇ, 14 ਵਾਲਾ 35, 14 ਵਾਲਾ 35, ਲੈ ਵੀ ਬਾਲ ਕਹਿੰਦੇ ਸਾਬਰ ਦੀ ਹੈ, ਲੈ ਵੀ ਬਬਲੂ ਆ ਗਿਆ ਸਟਰਾਈਕ ਦੀ, ਤੇ ਬਾਲ ਕਹਿੰਦੇ ਡਾਊਟ ਹੈ, ਓਵਰ ਦੀ ਸਮਾਪਤੀ 52 ਹੋਵੇ ਜੀ, 52 ਰਨ 34 ਬਾਕੀ ਹੈ, ਰਨ 34 ਬਾਕੀ ਹੈ, ਭੱਲੇ ਨੇ ਬਾਲ ਕਰਨੀ ਹੈ ਜਾਂ ਫਿਰ ਕੋਈ ਹੋਰ ਨੌਜਵਾਨ ਆ ਕਿ ਭੱਲੇ ਦੇ ਕਿਤੇ ਵੱਡੇ ਬਾਣ ਕਰਦਾ ਪੱਪੀ, ਕਈ ਜਗ੍ਹਾ ਆਪ ਓਵਰ ਨਹੀਂ ਕਰਦਾ ਕਿਤੇ ਭੱਲੇ ਤੋਂ ਬਾਲਾਂ ਕਰਾਉਂਦਾ, ਆਹ ਵੀ ਬਾਲਰ ਕਹਿੰਦੇ ਭਾਰਤ ਦਾ ਪੂਰਾ ਤਕੜਾ ਜਿਹਨੇ ਬਾਲਾਂ ਕਰਨੀਆਂ, ਭੱਲੇ ਨੇ ਬਾਲਾਂ ਕਰਨੀਆਂ 17 ਦੀ ਰਨ ਰੇਟ ਪਰ ਓਵਰ, 5 ਛੱਕੇ ਰਨ 34 ਛੱਕੇ 5, ਅਗਲੇ ਮੈਚ ਲਈ ਇਸਰੂ ਤੇ ਮਰਾੜੂ ਵੀਰੇ ਤਿਆਰ ਵਰ ਤਿਆਰ ਗਰਾਊਂਡ ਦੇ ਲਾਗੇ ਰਹੋ, ਇਸਰੂ ਤੇ ਬਾਈ ਅਗਲਾ ਮੈਚ ਫੁੱਲ ਤਗੜਾ ਬਾਈ, ਮਜ਼ਾੜੂ ਚ ਫੌਜੀ ਗੋਬਿੰਦਗੜ ਤੇ ਇਸੜੂ ਚ ਬੜਾ ਜੋੜੀ ਗੋਬਿੰਦਗੜ, ਅਗਲਾ ਮੈਚ ਜੇ ਨਾ ਵੀ ਪਾਏ ਲਿੰਕ ਫੇਸਬੁੱਕ ਜਾਂ ਵਟਸਐਪ ਤੇ ਵੀਰ ਬਣ ਕੇ ਆਪ ਹੀ ਦੇਖ ਲਿਓ, ਨਾਲ ਦੀ ਨਾਲ ਸਟਾਰਟ ਹੋ ਜਾਣ ਵੀਰੇ ਮੈਚ, ਸਾਰੇ ਵੀਰ ਸਬਸਕ੍ਰਾਈਬ ਕਰ ਦਿਓ ਜੀ ਆਪਣਾ ਚੈਨਲ। ਸਟਰਾਈਕ ਦੇ ਗੁਰਮਨ ਭਾਂਬਰੀ, ਬਾਲਾ 12 ਰਨ 34, ਰਨ 34 ਤੇ ਆ ਕਹਿੰਦੇ ਸਾਬਰ ਨੇ ਜ਼ੋਰ ਪੂਰਾ ਲਾਇਆ, ਸਾਜੀ ਲੰਗਦਾ ਤੁਹਾਨੂੰ ਦੱਸ ਦਿਆਂ 10 ਮਿੰਟ ਤੱਕ ਲੁਕ ਜੋ, ਕੈਚ ਵੀ ਛੁੱਟ ਗਿਆ ਤੇ ਰਨ ਵੀ ਚਾਰ ਲੱਗ ਗਏ, ਪਰ ਸਾਬਰ ਨੇ ਕਹਿੰਦੇ ਜ਼ੋਰ ਕੈਚ ਦੇ ਲਾਇਆ, ਉਧਰ ਮੱਕੀ ਹੈ ਜੇ ਮੱਕੀ ਨਾ ਆਉਂਦੀ ਪੱਕਾ ਕਹਿੰਦੇ ਕੈਚ ਹੁੰਦਾ, ਪੱਕਾ ਕਹਿੰਦੇ ਕੈਚ, ਕਿਉਂਕਿ ਪੈਰ ਕਹਿੰਦੇ ਪੈਰਸ ਨਹੀਂ ਬਣਦਾ ਸਲਿਪ ਹੋ ਗਏ ਆ, 30 ਰਨ ਬਾਕੀ ਹੈ ਜੀ, 11 ਵਾਲਾ 30 ਛੱਕੇ 5, ਲੈ ਵੀ ਗੁਰਮਨ ਛੱਕੇ 4 ਹੀ ਰਹਿ ਗਏ, ਛੱਕੇ ਕਹਿੰਦੇ 4 ਹੀ ਰਹਿ ਗਏ, ਤੇ ਹੁਣ ਫੂਕਾਂ ਇੱਧਰੋਂ ਵੀ ਪੈਣ ਲੱਗ ਗਈਆਂ, ਤਾੜੀਆਂ ਇੱਧਰੋਂ ਵੀ ਬੱਜਣ ਲੱਗ ਗਈਆਂ, ਤੇ ਜੇ ਡੰਡੇ ਪੱਟਦੇ ਤਾਂ ਫੂਕਾਂ ਭਾਰ ਸੋਹਣੇ ਦੀ ਸਾਂਝ ਸਾਂ ਪੈਣੇ ਆ, ਤਾਂ ਕਿਤੇ ਸਾਂਝ ਸਾਂ ਪੈਣੇ ਆ, ਜਿੱਥੇ ਭਾਰਸੋ ਦੇ ਦਰਸ਼ਕ ਭਾਰਸੋ ਦੀ ਟੀਮ ਕਹਿੰਦੇ ਨੋਰਮਲ ਦਿਲ ਦੀਆਂ ਧੜਕਣਾਂ ਧੜਕਦੀਆਂ ਟਕ ਟਕ ਟਕ, ਪਰ ਹੁਣ ਧੜਕਣ ਕਹਿੰਦੇ ਟਕ 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 ਟਕ, ਕਹਿੰਦੇ ਰੇਸ ਵੜ ਗਈ ਹੈ, ਧੜਕਣਾਂ ਤੇਜ਼ ਹੋ ਗਈਆਂ, ਪਲਸ ਰੇਟ ਕਹਿੰਦੇ ਹਾਈ ਹੋ ਗਈ ਆ, ਨੋਰਮਲ ਦਿਲ 70-75 ਵਾਰੀ ਕਹਿੰਦੇ 80 ਵਾਰ ਧੜਕਦਾ, ਪਰ ਹੁਣ ਕਹਿੰਦੇ 1 ਮਿੰਟ 'ਚ 150 ਵਾਰੀ ਧੜਕਣ ਲੱਗ ਗਿਆ, 1 ਮਿੰਟ 'ਚ ਕਹਿੰਦੇ 150 ਵਾਰੀ ਧੜਕਣ ਲੱਗ ਗਿਆ, ਅਤੇ ਧੜਕਣਾਂ ਤੇਜ਼ ਕਰ ਦਿੱਤੀਆਂ ਗੁਰਮਨ ਭਾਂਬਰੀ ਵਾਲੇ ਨੇ, ਗੁਰਮਨ ਭਾਂਬਰੀ ਵਾਲੇ ਨੇ 10 ਵਾਲਾ 24, ਆ ਗੁਰਮਨ ਦਾ ਸ਼ੋਟ, ਰਨ ਕਹਿੰਦੇ 1, ਦੂਜੇ ਦੀ ਟਰਾਈ ਅਤੇ ਬਬਲੂ ਆਊਟ, ਘੁੱਗੀ ਨੇ ਕੀਤਾ ਨਹੀਂ ਜਾਂ ਹੋਇਆ ਨਹੀਂ, ਇਹ ਘੁੱਗੀ ਨੂੰ ਪਤਾ, ਘੁੱਗੀ ਹੱਥ ਮਾਰ ਰਿਹਾ ਬੱਬੀ ਨੂੰ ਕਹਿੰਦਾ ਕੀਤਾ ਨਹੀਂ, ਕਿਉਂਕਿ ਖੱਬਾ ਆਊਗਾ ਇਹਨੂੰ ਟੌਟਾ ਲਾ ਲਓ, ਇਹਨੂੰ ਟੌਟਾ ਲਾ ਲਓ, ਕਹਿੰਦਾ ਆਊਟ ਨਹੀਂ ਕਰਨਾ ਇਹਨੂੰ ਟੌਟਾ ਲਾ ਲਓ, ਲੈ ਵੀ ਬਾਲ ਆ ਸਾਬਰ ਦੀ, ਇਹਦੇ ਤਕੜਾ ਹੋ ਕੇ ਟੌਟਾ ਪਾ ਗਿਆ 3 ਵਾਲਾ, ਮੈਚ ਸਾਬਰਾ ਘੁੰਮ ਜਾਣਾ, ਮੈਚ ਸੋਰੀ ਭੱਲੇ ਆ ਘੁੰਮ ਜਾਣਾ, ਅਗਲੀ ਬਾਲ ਭੱਲੇ ਦੀ ਤੇ ਆ ਸ਼ੋਟ ਕੈਚ ਹੈ, ਕੈਚ ਹੈ,
ਲੈ ਵੀ ਸਵਾਦ ਕਿਹਦੇ ਦਰਸ਼ਕ ਲੈ ਰਹੇ ਆ, ਲੜ ਟੀਮਾਂ ਰਹੀਆਂ ਪਰ ਸਵਾਦ ਕਿਹਦੇ ਦਰਸ਼ਕ ਲੈ ਰਹੇ ਆ। ਅਗਲਾ ਬੱਲੇਬਾਜ਼ ਖੱਬਾ ਆ ਚੁੱਕਿਆ, ਆਹ ਬੰਦੇ ਦੇ ਛੱਕੇ ਵੀ ਕਹਿੰਦੇ ਬਾਰਡਰ ਤੋਂ ਪਾਰ ਦੇ ਵੱਡੇ ਵੱਡੇ ਹੁੰਦੇ ਆ, ਵੱਡੇ ਵੱਡੇ ਹੁੰਦੇ ਆ। ਦੋ ਬਾਲਾਂ ਬਾਕੀ ਆ ਸਾਬਰ ਦੀਆਂ, ਸੋਰੀ ਭੱਲੇ ਦੀਆਂ ਦੋ ਬਾਲਾਂ ਬਾਕੀ ਆ, ਦੋ ਬਾਲਾਂ ਬਾਕੀ ਆ। 53 ਨਹੀਂ ਹੋਏ, ਵੱਧ ਹੋਏ, 23 ਰਨ ਬਾਕੀ ਹੈ ਜਿੱਤੇ। 8 ਬਾਲਾਂ 23 ਰਨ, 7 ਬਾਲਾਂ 17 ਬਾਈ, 7 ਬੋਲਾਂ ਜਿਵੇਂ ਸਾਬਰਾ 17 ਰਹਿ ਗਏ ਬਾਈ, 7 ਬੋਲਾਂ 17 ਦੇ ਬੋਲਰ ਦਾ ਕੌਨਫੀਡੈਂਸ ਰਹਿ ਬਾਈ, ਹੁਣ ਦੱਸੋ ਕੌਣ ਜਿੱਤੂ, ਕੌਨਫੀਡੈਂਸ ਰਹਿ ਜਾਣਾ ਫਿਰ ਜੇ ਆਹ ਵਾਲੇ ਬਾਉਂਡਰੀ ਖਾ ਗਿਆ ਬੋਲਰ ਦਾ ਕੌਨਫੀਡੈਂਸ ਵੀ ਖਤਮ ਹੋ ਜਾਣਾ, ਪੰਜਵੇਂ ਬਾਲਰ ਦਾ ਕੌਨਫੀਡੈਂਸ ਵੀ ਖਤਮ ਹੋ ਜਾਣਾ। 6ਵਾਂ ਓਵਰ ਬਾਈ, 7 ਬੋਲਾਂ 17 ਰਹਿ ਗਏ, ਹੌਸਲਾ ਰੱਖਣ ਲਈ 15 ਪਲੱਸ ਦਾ ਛੱਡਣੇ ਪੈਣੇ, ਇੱਕ ਦੇ ਭਾਵੇਂ ਖਾਲਾ ਦੇ ਬੋਲ ਗਾ ਹੈ ਭੱਲਾ ਪਾਸੋਂ ਰਨ 17 ਬਾਕੀ ਹੈ। ਵਿਦੇ ਰਿਕੁਐਸਟ ਆ ਸਾਰੇ ਜਾਣੇ ਵੀ ਬਣ ਕੇ ਆਪਣਾ ਚੈਨਲ ਸਬਸਕ੍ਰਾਈਬ ਕਰੋ ਵਿਦੇ ਕੋਸ ਕੌਮੀ ਜਿੰਦ ਬਾਈ, ਇਹਦੇ ਅੱਗੇ ਵੀ ਮੈਚ ਲਾਈਵ ਹੋਣੇ ਨੇ ਬਾਈ, ਅਗਲਾ ਮੈਚ ਬਹੁਤ ਤਕੜਾ, ਜੋਣਾ ਮਦਾੜੂ ਵਿਦੇ ਮਦਾੜੂ ਪਿੰਡ ਦੀ ਟੀਮ ਹੈ ਅਤੇ ਫੌਜੀ ਗੋਬਿੰਦਗੜ੍ਹ ਖੇਡਦਾ ਅਤੇ ਵਿਦੇ ਦੂਜੇ ਪਾਸੇ ਗਏ ਇਸੜੂ ਵਿੱਚ ਗਏ ਬੜਾ ਚੋਟੀ ਗੋਬਿੰਦਗੜ੍ਹ, ਜਾਂ ਫਿਰ ਸਕੂਟਰ ਭਾਂਬਰੀ ਨੂੰ ਜਾ ਸਕਦਾ ਮੁੰਡਾ, ਕਹਿੰਦੇ 39 ਰਨ ਤੇ 3 ਵਿਕਟਾਂ ਲਈ ਬੈਠਾ। ਅਗਲੀ ਬਾਲ ਆ ਸਕੂਟਰ, ਸਕੂਟਰ ਭਾਂਬਰੀ ਵੱਲ ਫੜ ਲਿਆ, ਫੜ ਲਿਆ, ਫੜ ਲਿਆ, ਫੜ ਲਿਆ। ਗੁਰਮਨ ਭਾਂਬਰੀ 39 ਰਨ ਦੀ ਬਾਣੀ ਖੇਡ ਗਿਆ, ਗੁਰਮਨ ਭਾਂਬਰੀ ਕਹਿੰਦੇ 39 ਰਨ ਦੀ, 39 ਕਿੰਨੇ 45 ਦੀ ਬਾਣੀ ਖੇਡ ਗਿਆ ਜੀ, 45 ਦੀ ਛੱਕਾ, ਛੱਕਾ ਹੋ ਗਿਆ, ਛੱਕਾ ਹੋ ਗਿਆ ਜੀ, ਕਹਿੰਦੇ ਛੱਕਾ ਹੋ ਗਿਆ। 45 ਦੇ ਨੱਟ ਆਊਟ ਬੈਠਾ, 45 ਦੇ ਨੱਟ ਆਊਟ ਬੈਠਾ ਰਾਜਾ, ਸਕੂਟਰ ਦੇ ਲਵੇ ਜੇ ਲੱਗਿਆ ਸੀਗਾ, ਰਾਜੇ ਨੂੰ ਬਾਂਹ ਜੀ ਫੜ ਕੇ ਪਿੱਛੇ ਕਰ ਗਿਆ ਗੁਰਮਨ, ਪਿੱਛੇ ਕਰ ਗਿਆ ਗੁਰਮਨ। ਰਨ 11 ਬਾਲਾ 6 ਤੇ ਰਨ ਕਹਿੰਦੇ 11। ਪਚੱਤਰ ਹੋ ਗਏ ਵੀਰੇ, 75 11 ਬਾਕੀ ਹੈ, 6 ਬਾਰਾਂ ਚ 11 ਇਹਦੇ 6 ਬੋਲਾਂ 11 ਰਹਿ ਗਈ। ਲੈ ਵੀ ਲੱਖਿਆ, ਜੇ ਅੱਜ ਵੇਲਾ ਲੁੱਟ ਗਿਆ ਭਾਰਸ ਦੀ ਟੀਮ ਮੋਢਿਆਂ ਦੇ ਚਾਕੇ ਬਾਹਰ ਲੈ ਕੇ ਆਊਗੀ, ਭਾਰਸ ਦੀ ਟੀਮ ਕਿਤੇ ਮੋਢਿਆਂ ਦੇ ਛਾਕੇ ਲੈ ਕੇ ਜਾਊਗੀ। ਟਾਲੀਵਾਲ ਦੇ ਰਨ 4, ਟਾਲੀਵਾਲ ਦੇ ਰਨ 4, ਬਾਲਾ 5 ਰਨ 7 ਬਾਕੀ ਹੈ, ਬਾਲਾ 5 ਰਨ 7 ਬਾਕੀ ਹੈ, ਵੇਲਾ ਲੁੱਟਿਆ ਜਾ ਚੁੱਕਿਆ, ਵੇਲਾ ਲੁੱਟਿਆ ਜਾ ਚੁੱਕਿਆ। ਗੁਰਮਨ ਕਹਿੰਦਾ ਖੱਬਿਆ ਛੱਕਾ ਨਾ ਮਾਰਨੀ, ਕਹਿੰਦਾ ਸਿੰਗਲ ਬਾਲਾ, ਸਕੂਟਰ ਨੂੰ ਪੱਕਾ ਜੱਫਾ ਪਾਉਣਾ, ਕਹਿੰਦਾ ਆਹੀ ਮੈਚ ਸਕੂਟਰ ਨੂੰ ਜੱਫਾ ਪੱਕਾ ਪਾਉਣਾ ਤੇ ਆ ਖੇਡਿਆ ਸ਼ਾਟ। ਰਨ ਕਹਿੰਦੇ 4 ਹੋ ਗਏ, ਹੋ ਗਏ ਬਾਈ, 4 ਬੋਲਾਂ 3 ਰਹਿ ਗਏ ਜਿੱਤਣ ਨੂੰ, ਕਹਿੰਦਾ ਬਾਈ ਬਣ ਕੇ ਹੁਣ ਸਿੰਗਲ ਬਣ ਗਿਆ, ਕਹਿੰਦਾ ਛੱਕਾ ਮੈਂ ਮਾਰਦਾ, ਕਹਿੰਦਾ 50 ਮਾਰ ਕੇ ਜਾਣੀ ਹੈ।
ਕਿਉਂਕਿ ਮੈਚ ਲਗਭਗ ਪੱਕੀ ਭਾਂਬਰੀ ਦੀ ਟੀਮ ਦੀ ਜਿੱਤ ਪੱਕੀ ਹੋ ਗਈ ਆ। ਚਾਰ ਵਾਲਾ ਤਿੰਨ ਰਨ ਰਹਿ ਗਿਆ, ਚਾਰ ਵਾਲਾ ਤਿੰਨ ਰਨ ਰਹਿ ਗਿਆ। ਲੈ ਵੀ ਪਾਲ ਕਿਤੇ ਅਗਲੀ ਤੇ ਸਾਹਮਣੇ ਖੱਬਾ ਤਿੰਨ ਵਾਲਾ ਤਿੰਨ, ਤਿੰਨ ਵਾਲਾ ਤਿੰਨ, ਤੇ ਜੇ ਇੱਕ ਡਾਊਟ ਹੋਰ ਲੱਗੀ ਧੜਕਣਾ ਭਾਂਬਰੀ ਦੀਆਂ ਵੀ ਵੱਧ ਜਾਣੀਆਂ। ਤਿੰਨ ਵਾਲਾ ਤਿੰਨ ਹੈ, ਤਿੰਨ ਵਾਲਾ ਤਿੰਨ, ਕੌਣ ਹੋਇਆ ਕੌਣ ਹੋਇਆ? ਜਿਹੜਾ ਮਰਜ਼ੀ ਹੋਵੇ ਸਟਰਾਈਕ ਤੇ ਤਾਂ ਨਵਾਂ ਹੀ ਆਊਗਾ, ਜਿਹੜਾ ਮਰਜ਼ੀ ਹੋਵੇ ਸਟਰਾਈਕ ਤੇ ਤਾਂ ਨਵਾਂ ਹੀ ਆਊਗਾ। ਹੁਣ ਆਊਟ ਹੋਇਆ ਜਾਂ ਬਾਲ, ਕਿੱਦਾਂ ਹਿਸਾਬ ਕਿਤਾਬ, ਕੀ ਹੋਇਆ ਕੀ ਹੋਇਆ ਕੀ ਹੋਇਆ, ਬਾਹਰ ਦੱਸਣਗੀ ਵੀ ਕੀ ਹੋਇਆ, ਬਾਹਰ ਦੱਸਣਗੀ। ਵੀਰੇ ਬਾਲ ਜਿਹੜੀ ਡੈਡ ਹੋ ਗਈ ਆ ਤੇ ਨਾ ਹੀ ਕੋਈ ਆਊਟ ਹੋਇਆ, ਸਟਰਾਈਕ ਤੇ ਖੱਬਾ ਹੀ ਰਹੇਗਾ। ਦੋ ਵਾਲਾ ਤਿੰਨ ਵਾਗੀ ਬਾਈ ਡਿਸੀਜਨ ਆਇਆ, ਕਹਿੰਦਾ ਚੱਕ ਦੇ ਦੋ, ਕਹਿੰਦਾ ਚੱਕ ਦੇ, ਕਹਿੰਦਾ ਚੱਕ ਕੇ ਬਾਈ ਦੋ ਵਾਲਾ ਤਿੰਨ ਰਹਿ ਗਏ, ਕਹਿੰਦਾ ਚੱਕ ਹੀ ਰਿਹਾ ਪਰ ਚੱਕੀ ਨਹੀਂ ਜਾਂਦੀ। ਦੋ ਵਾਲਾ ਤਿੰਨ ਰਨ, ਦੋ ਵਾਲਾ ਤਿੰਨ ਰਨ, ਅਗਲੀ ਵਾਰ ਲੱਖੇ ਦੀ ਬਾਈ ਇੱਕ ਬੋਲ ਦੋ ਦੇ ਗਏ, ਹੁਣ ਦੱਸੋ ਕੌਣ ਜਿੱਤੂ। ਹੁੰਦੀ ਬਾਲ ਦਾ ਪੈ ਗਈ ਸੀ, ਉਹ ਬਾਲ ਉਹ ਮੰਨੀ ਗਈ, ਉਹ ਉੱਚ ਡੈਡ ਹੋਈ ਹੈ, ਇੱਕ ਬਾਲ ਤੇ ਦੋ ਰਨ ਵਾਜੀ ਹੈ। ਵੀਰੇ ਇੱਕ ਬੋਲ ਦੋ ਦੇ ਗਏ, ਰਨ ਦੋ, ਲੈ ਵੀ ਫਰਮੂਲਾ ਇੱਕ ਪਾਸੇ ਟੀਮ ਸੈਂਟਰ ਦੇ, ਇੱਕ ਬੋਲ ਦੋ ਰਹਿ ਗਏ, ਹੁਣ ਦੱਸੋ ਕੌਣ ਜਿੱਤੂ ਕਮੈਂਟ ਕਰਕੇ। ਤੇ ਜੇ ਆ ਦੋ ਰਨ ਨਾ ਬਣਾਏ ਤਾਂ ਘਰ ਨੂੰ ਜਾਵੇਗਾ, ਤਾਂ ਫਿਰ ਘਰ ਨੂੰ ਜਾਵੇਗਾ, ਸਕੂਟਰ ਵੀ ਇੱਥੇ ਹੀ ਰਹਿ ਜਾਣਾ, ਪੈਸੇ ਵੀ ਇੱਥੇ ਹੀ ਰਹਿ ਜਾਣੇ ਆ, ਇੱਥੇ ਹੀ ਰਹਿ ਜਾਣੇ ਆ, ਆ ਦੋ ਰਨ ਕਰਨੇ ਪੈਣੇ ਆ। ਤੇ ਜੇ ਲੱਖਾਂ ਡਾਊਟ ਲਾ ਗਿਆ ਟੀਮ ਕਹਿੰਦੇ ਮੋਢਿਆਂ ਤੇ ਚੱਕ ਕੇ ਲਿਆਵੇਗੀ, ਲੱਖਾਂ ਡਾਊਟ ਲਾ ਗਿਆ ਤਾਂ ਟੀਮ ਕਹਿੰਦੇ ਮੋਢਿਆਂ ਤੇ ਚੱਕ ਕੇ ਲਿਆਵੇਗੀ। ਪੂਰੇ ਪ੍ਰੈਸ਼ਰ ਵਾਲਾ ਮੈਚ ਹੋ ਗਿਆ ਕਿ ਗੁੱਡੀਆਂ ਦੇ ਸਿੰਘ ਫਸ ਗਿਆ, ਕਿਸਾਨਾਂ ਦੀ ਟੱਕਰ ਕਹਿੰਦੇ ਇੱਕ ਬਾਲ ਦੇ ਦੋ ਰਨ ਤੇ ਆ ਗਈ ਆ, ਇੱਕ ਬਾਲ ਦੇ ਦੋ ਰਨ ਤੇ ਆ ਗਈ ਆ। ਲੈ ਵੀ ਪਾ ਫਿਰ ਨੌਜਵਾਨਾਂ ਬਾਲ, ਲੱਖੇ ਦੀ ਬਾਲ ਕਿਤੇ ਪੈਣ ਲੱਗੀ ਆ ਸਾਹਮਣੇ ਗੁਰਮਨ। ਬਾਈ ਜਿੱਤ ਗਈ ਪਾਸ ਟੀਮ, ਜਿੱਤ ਗਈ ਵੀਰੇ, ਹੋ ਗਿਆ ਆ ਕੀ ਹੋ ਗਿਆ, ਕੋ ਖਾ ਨਹੀਂ ਤਕਦੀਰੇ, ਵਿਜੀਆਂ ਭਿੰਡੀਆਂ ਕੋ ਖੀਰੇ, ਵਿਜੀਆਂ ਭਿੰਡੀਆਂ ਕੋ ਖੀਰੇ। ਓਰੇ ਲੱਖੇ ਨੂੰ ਦਾ ਚੱਕ ਲੈ, ਓ ਲੱਖੇ ਨੂੰ ਚੱਕ ਲੈ, ਲੱਖੇ ਨੂੰ ਚੱਕ ਲੋ, ਲੱਖਾ ਸਿਰਾ ਬਾਈ ਜਿੱਤ ਗਈ ਪਾਸ ਟੀਮ, ਲੱਖਾ ਸਿਰਾ ਕਰਾ ਗਿਆ ਸਦਾ ਗੁਰੂ ਨੂੰ ਸਕੂਟਰ ਦੇ ਉਤਾਰਤਾ ਕਿਦੀ ਰਾਜਾ, ਫੇਰ ਸਕੂਟਰ ਨੂੰ ਮੀਰ ਮਾਰਨ ਤਿਆਰ ਹੈ ਰਾਜਾ, ਫੇਰ ਤਿਆਰ ਹੈ।